ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ 'ਚ ਇਸ ਵੇਲੇ ਪੂਰੀ ਤਰ੍ਹਾਂ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਮਾਹੌਲ ਬਣਦਾ ਨਜ਼ਰ ਆ ਰਿਹਾ। ਸਰਕਾਰਾਂ ਦੀ ਗੱਲ ਕਰੀਏ ਜਾਂ ਰਾਸ਼ਟਰੀ ਪਾਰਟੀਆਂ ਹੋਣ, ਜਿਹੜੇ ਵੀ ਫੈਸਲੇ ਲਏ ਜਾਂਦੇ ਹੈ ਉਹਨਾਂ ਨੂੰ ਚੋਣ ਦੀ ਐਨਕ ਰਾਹੀਂ ਦੇਖਿਆ ਜਾਂਦਾ ਹੈ। ਜਦੋਂ ਪੰਜਾਬ ਸਰਕਾਰ ਨੇ ਹੋਰ ਮੁੱਖ ਸੰਸਦੀ ਸਕੱਤਰ ਬਣਾਏ ਤਾਂ ਸੁਭਾਵਿਕ ਹੈ ਕਿ ਇਹਨਾਂ ਬਾਰੇ ਵੀ ਵਿਵਾਦ ਉੱਠੇਗਾ। ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹਦੇ ਮੁਤਾਬਕ ਕਿਸੇ ਵੀ ਸੂਬੇ ਦੇ ਅੰਦਰ ਜਿੰਨੀ ਵਿਧਾਇਕਾਂ ਦੀ ਗਿਣਤੀ ਹੈ ਉਸ ਮੁਤਾਬਕ 15% ਮੰਤਰੀ ਮੰਡਲ ਬਣ ਸਕਦਾ ਹੈ। ਪਰ ਹੋਰ ਬਹੁਤ ਸਾਰੇ ਢੰਗ ਤਰੀਕੇ ਹੈ ਜਿਹਦੇ ਨਾਲ ਦੇਖੀਏ ਤਾਂ ਪੰਜਾਬ ਦੇ ਜਿਹੜਾ ਸਾਰਾ ਲਾਣਾ ਬਾਣਾ ਉਹ ਇਕੱਠਾ ਕਰਕੇ ਇਹ ਗਿਣਤੀ 36% ਤੋਂ ਉੱਪਰ ਚਲੀ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਅਮਰੀਕਾ ਕੈਨੇਡਾ ਦੀ ਫੇਰੀ ਉੱਤੇ ਗਏ ਹੈ। ਉਹਨਾਂ ਦੀ ਫੇਰੀ ਵੀ ਵਿਵਾਦਾਂ ਦੇ ਵਿੱਚ ਘਿਰੀ ਹੋਈ ਹੈ। ਇਹਨਾਂ ਸਾਰੇ ਮੁੱਦਿਆਂ 'ਤੇ ਸਾਡੇ ਨਾਲ ਬਿਗ ਡਿਬੇਟ ਜਿਹੜੇ ਵਿਸ਼ੇਸ਼ ਮਹਿਮਾਨ ਹਾਜ਼ਰ ਨੇ, ਜੰਗਵੀਰ ਸਿੰਘ ਪੰਜਾਬ ਸਰਕਾਰ ਦੇ ਮੁੱਖ ਬੁਲਾਰੇ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਕਰਨਲ ਸੀਟੀ ਸਿੰਘ ਕੰਬੋਜ, ਕਾਂਗਰਸ ਪਾਰਟੀ ਵੱਲੋਂ ਅਰਜਿੰਦਰ ਦੀ ਭਾਜੀ। ਮੈਂ ਤਿੰਨੇ ਮਹਿਮਾਨਾਂ ਦਾ ਬਿਗ ਡਿਬੇਟ 'ਚ ਆਉਣ ਦੇ ਲਈ ਜੀ ਆਖਦਾ। ਜਿੱਦਾਂ ਆਪਾਂ ਚਰਚਾ ਸ਼ੁਰੂ ਕਰ ਰਹੇ ਹਾਂ, ਜੰਗਵੀਰ ਖਾਸ ਤੌਰ 'ਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਹੋਰ ਮੁੱਖ ਸੰਸਦੀ ਸਕੱਤਰ ਬਣਾਉਣ ਦੇ ਮੁੱਦੇ 'ਤੇ, ਕੀ ਇਸ ਵੇਲੇ ਜਿਹੜਾ ਫੈਸਲਾ ਲਿਆ ਗਿਆ ਇਹ ਜ਼ਰੂਰੀ ਸੀ ਜਾਂ ਇਹਨੂੰ ਕਿੰਨਾ ਕੁ ਤੁਸੀਂ ਮੰਨਦੇ ਹੋ ਕਿ ਵਾਜਬ ਫੈਸਲਾ ਹੈ? ਫੈਸਲਾ ਬਿਲਕੁਲ ਵਾਜਬ ਹੈ। ਓਕੇ, ਕਿਉਂਕਿ ਜੋ ਵੀ ਡਿਸੀਜਨ ਗਵਰਨਮੈਂਟ ਲੈਂਦੀ ਹੈ ਉਹ ਮੈਰਿਟ 'ਤੇ ਲੈਂਦੀ ਹੈ। ਜੀ ਜੀ। ਅਤੇ ਗਵਰਨਮੈਂਟ ਨੂੰ ਲੱਗਿਆ ਕਿ ਇਹ MLAs ਹੈਗੇ ਨੇ, ਇਹ ਪਰਫੋਰਮ ਕਰ ਰਹੇ ਨੇ, ਅਤੇ ਇਹਨਾਂ ਨੂੰ ਐਕਸਪੀਰੀਅੰਸ ਚਾਹੀਦਾ ਹੈ, ਇਹਨਾਂ ਨੂੰ ਐਕਸਪੀਰੀਅੰਸ ਦੇਣਾ ਚਾਹੀਦਾ ਹੈ, ਸੋ ਦੈਟ ਉਹਨੇ ਜਿਹੜੀ ਉਹਨਾਂ ਦੀ ਕੈਪੇਬਿਲਿਟੀ ਹੈ ਉਹ ਹੋਰ ਤਰੀਕੇ ਨਾਲ ਆਪਣਾ ਸ਼ਾਈਨ ਹੋ ਸਕਣ, ਔਰ ਉਹ ਆਪਣਾ ਜਿਹੜਾ ਡਿਪਾਰਟਮੈਂਟਸ ਹੈਗੇ ਨੇ ਜਿਹੜੇ ਉਹਨਾਂ ਨੂੰ ਡਿਪਾਰਟਮੈਂਟ ਮਿਲਣਗੇ ਉਹ ਐਕਸਪੀਰੀਅੰਸ ਗੇਨ ਕਰ ਲੈਣ ਅਤੇ ਉਹ ਡਿਪਾਰਟਮੈਂਟਸ 'ਚ ਵੀ ਆਪਣੀ ਕੰਟਰੀਬਿਊਸ਼ਨ ਕਰਨ, ਕਿਉਂਕਿ ਕਾਫੀ ਆਪਣਾ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਇਹ ਇੰਪ੍ਰੈਸ਼ਨ ਦਿੱਤਾ ਜਾਂਦਾ ਹੈ ਕਿ ਚੀਫ ਪਾਰਲੀਮੈਂਟਰੀ ਸੈਕਟਰੀ ਨੇ ਉਹ ਸ਼ਾਇਦ ਕੰਮ ਨਹੀਂ ਕਰਦੇ ਜਾਂ ਉਹਨਾਂ ਕੋਲ ਫਾਈਲ ਨਹੀਂ ਜਾਂਦੀ। ਆਪਣਾ ਚੀਫ ਮਿਨਿਸਟਰ ਸਾਹਿਬ ਨੇ ਆਪਣਾ ਡਾਇਰੈਕਸ਼ਨ ਦਿੱਤੀਆਂ ਹੋਈਆਂ ਕਿ ਇਹਨਾਂ ਕੋਲ ਫਾਈਲਸ ਵੀ ਜਾਣ ਅਤੇ ਆਪਣਾ ਆਪਣੇ ਸਜੈਸ਼ਨ ਵੀ ਦੇਣ। ਔਰ ਕਈ ਚੀਫ ਪਾਰਲੀਮੈਂਟਰੀ ਸੈਕਟਰੀਜ਼ ਨੇ, ਜਿੱਦਾਂ ਆਪਣਾ ਮਿਸਟਰ ਸਰੂਪ ਸਿੰਗਲਾ ਨੇ, ਮਿਸਟਰ NK ਸ਼ਰਮਾ ਨੇ, ਉਹਨਾਂ ਨੂੰ ਕਮੇਟੀਜ਼ ਦਾ ਵੀ ਹੈੱਡ ਬਣਾਇਆ ਹੋਇਆ, ਔਰ ਉਹ ਟ੍ਰੇਡਰਸ ਨਾਲ, ਜੇ ਟ੍ਰੇਡ ਦਾ ਕੰਮ ਹੈ ਟ੍ਰੇਡਰਸ ਨਾਲ ਉਹ ਸਿੱਧੇ ਤੌਰ ਤੇ ਮੀਟਿੰਗਾਂ ਲੈਂਦੇ, ਮੀਟਿੰਗਸ ਲੈਂਦੇ ਨੇ, ਵਾਰਤਾਲਾਪ ਕਰਦੇ ਨੇ, ਔਰ ਡਿਸੀਜਨ ਲੈਂਦੇ ਨੇ। ਜੀ ਜੀ। ਔਰ ਸਿਮਿਲਰਲੀ ਜੇ ਇੰਡਸਟਰੀ ਦਾ ਹੋਏ ਫੈਸਲਾ ਹੋਏ, ਕੋਈ ਕੁਛ ਲੈਣਾ ਹੋਏ, ਤੇ ਉਹ 'ਚ ਜਦੋਂ ਮਿਸਟਰ NK ਸ਼ਰਮਾ ਹੈਗੇ ਨੇ, ਸੋ ਉਹ ਵੀ ਆਪਣਾ ਪੂਰੀ ਉਹਨਾਂ ਦੀ ਕੰਟਰੀਬਿਊਸ਼ਨ। ਓਕੇ, ਕਰਨਲ ਸਿਟੀ ਕੰਬੋਜ, ਇਸ ਮੁੱਦੇ 'ਤੇ ਤੁਸੀਂ ਕੀ ਕਹਿਣਾ ਚਾਹੋਗੇ ਜੋ ਇਸ ਵੇਲੇ ਸਰਕਾਰ ਨੇ ਡਿਸੀਜਨ ਲੈ ਕੇ ਨਵੇਂ ਮੁੱਖ ਸੰਸਦੀ ਸਕੱਤਰ ਬਣਾਏ ਹੈ? ਮੇਰਾ ਖਿਆਲ ਹੈ ਜੀ, ਜਗਵੀਰ ਜੀ ਜੋ ਕਹਿ ਰਹੇ ਨੇ ਉਹ ਸੁਣਨ ਵਾਲਿਆਂ ਨੂੰ ਤਾਂ ਹਜਮ ਗੱਲ ਇਹ ਹੋਣੀ ਨਹੀਂ ਕਿ ਤੁਸੀਂ ਜਦੋਂ ਜਾ ਰਹੇ ਹੋ, 8-9 ਮਹੀਨੇ ਰਹਿ ਗਏ ਨੇ, ਉਸ ਵੇਲੇ ਤੁਸੀਂ ਉਹਨਾਂ ਨੂੰ ਐਕਸਪੀਰੀਅੰਸ ਦੇਣ ਦੀ ਕੋਸ਼ਿਸ਼ ਕਰੋ। ਐਂਡ ਔਰ ਫਿਰ ਇਹਨਾਂ ਨੇ ਇੱਕ ਹੋਰ ਗੱਲ ਕੀਤੀ ਕਿ ਕੁਛ ਲਾਹੇ ਵੀ ਗਏ ਨੇ, ਉਹ ਬੁਲਾਰੀਏ ਨੂੰ ਲਾਇਆ ਕਿਉਂਕਿ ਉਹ ਭੁੱਖ ਹੜਤਾਲ 'ਤੇ ਬੈਠਾ ਸੀ ਕਿ ਮੇਰੇ ਹਲਕੇ 'ਚ ਕੰਮ ਨਹੀਂ ਹੋ ਰਿਹਾ, ਇਸ ਕਰਕੇ ਉਹਨੂੰ ਲਾਇਆ, ਨਾ ਕਿ ਇਸ ਕਰਕੇ ਕਿ ਉਹਦੀ ਪਰਫੋਰਮੈਂਸ ਨਹੀਂ ਸੀਗੀ। ਐਨੀਵੇ, ਤੁਸੀਂ ਸਵਾਲ ਇਸ ਗੱਲ ਦਾ ਹੈ ਕਿ ਵੀ ਇਹਨਾਂ ਨੇ ਚੀਫ ਪਾਰਲੀਮੈਂਟਰੀ ਸੈਕਟਰੀ ਹੁਣ ਕਿਉਂ ਬਣਾਏ ਨੇ? ਦੇਖੋ, ਬਾਦਲ ਸਾਹਿਬ ਦਾ ਆਪਣੇ ਲਈ ਉਹਨਾਂ ਨੇ ਹੈਲੀਕਾਪਟਰ ਖਰੀਦਿਆ 36.62 ਕਰੋੜ ਦਾ, ਬੜਾ ਟੌਪ ਦਾ, ਬੈਲ ਕੰਪਨੀ ਦਾ ਇਹਨਾਂ ਨੇ 422 ਨੰਬਰ ਉਹ ਖਰੀਦਿਆ, ਔਰ ਉਹਦੇ ਵਿੱਚ 1 ਘੰਟੇ 'ਚ 1,25,000 ਦਾ ਪੈਟਰੋਲ ਦਾ ਖਰਚਾ, ਤਕਰੀਬਨ 35 ਘੰਟੇ ਉਹ 1 ਮਹੀਨੇ ਦੇ ਵਿੱਚ ਐਵਰੇਜ ਜਿੰਨਾ ਉੱਡਦੇ ਨੇ ਬਾਦਲ ਸਾਹਿਬ ਅਤੇ ਉਹਨਾਂ ਦਾ ਬੇਟਾ। ਇਹਦਾ ਮਤਲਬ ਉਹ 1 ਸਾਲ ਵਿੱਚ 5,28,00,000 ਦਾ ਖਾਲੀ ਹੈਲੀਕਾਪਟਰ ਦਾ ਖਰਚਾ। RTI ਦੇ ਵਿੱਚ ਬਾਦਲ ਸਾਹਿਬ ਅਤੇ ਉਹਨਾਂ ਦੇ ਸਾਹਿਬਜ਼ਾਦੇ ਸੁਖਵੀਰ ਬਾਦਲ, ਉਹਨਾਂ ਦਾ ਪੈਟਰੋਲ ਦਾ ਖਰਚਾ 14 ਕਰੋੜ ਹੈ। ਉਹਨਾਂ ਦੇ ਉੱਤੇ ਉਹਨਾਂ ਦੀ ਸਿਕਿਉਰਿਟੀ ਵਾਸਤੇ, ਜਿਹੜੀ ਪੰਜਾਬ ਦੀ ਸਿਕਿਉਰਿਟੀ ਤੋਂ ਇਲਾਵਾ, 1 ਸੈਂਟਰ ਦੀ CRP ਬਟਾਲੀਅਨ ਅਲੱਗ ਹੈ ਜਿਹਦੀਆਂ ਤਨਖਾਹ ਪੰਜਾਬ ਗਵਰਨਮੈਂਟ ਜਿਹੜੀ ਇਹਨਾਂ ਦੇ ਵਜ਼ੀਰਾਂ ਦੀ, ਜਿਹੜੇ ਇਹਨਾਂ ਦੇ ਵਜ਼ੀਰ ਨੇ, ਉਹਨਾਂ ਵਾਸਤੇ ਹੁਣੇ 2-2 ਕਰੋੜ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਲਈਆਂ ਗਈਆਂ ਨੇ, 19 ਗੱਡੀਆਂ ਨਾ। ਹੁਣ ਜਿਹੜੇ ਬੰਦਾ ਵਿੱਚ ਬਾਹਰ ਬੈਠਾ ਹੈ ਉਹ ਕਹਿੰਦਾ ਵੀ ਇਹ ਤਾਂ ਖਾਈ ਪੀ ਜਾਂਦੇ, ਅਤੇ ਮੈਨੂੰ ਕੁਛ ਉਹਦੇ ਵਿੱਚ ਰਿਜੈਂਟਮੈਂਟ ਹੈ ਕਿ ਵਾਟ ਇਜ਼ ਇਟ,
ਮੈਂ ਵੀ ਤਾਂ ਉਨਾ ਹੀ ਜਿੱਤ ਕੇ ਆਇਆ ਤੇ ਇਹਨਾਂ ਨੂੰ ਜਿਹੜਾ ਹੈ ਸਾਰੇ ਇਹ ਮਾਲ ਛੱਕੀ ਜਾਂਦੇ ਹੈ ਤੇ ਮੇਰਾ ਤਾਂ ਹੁਣ ਜਾਣ ਦਾ ਵੇਲਾ ਹੋ ਗਿਆ ਤੇ ਮੇਰੀ ਤਾਂ ਉਦਾਂ ਹੀ ਲੰਘ ਗਈ ਰਾਈਟ। ਉਹ ਉਸ ਰਿਜੈਂਟਮੈਂਟ ਨੂੰ ਉਹ ਗੁੱਸਾ ਉੱਭਰ ਰਿਹਾ ਉੱਭਰ ਕੇ ਲੱਗਦਾ ਕਿ ਉਹਨੂੰ ਗੁੱਸੇ ਨੂੰ ਦੂਰ ਕਰ ਲਈ। ਪਰ ਜੰਗਵੀਰ ਦਾ ਇਹ ਵੀ ਕਹਿਣਾ ਹੈ ਕਿ ਦਿੱਲੀ ਦੇ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਜਲੰਧਰ ਦੇ ਵਿੱਚ ਸਾਡੇ ਨੌ ਹੈ ਜਿਹੜੇ ਹਲਕੇ ਜਲੰਧਰ ਡਿਸਟ੍ਰਿਕਟ ਦੇ, ਨੌ ਵਿੱਚੋਂ ਦੋ ਉਹ ਨੇ ਜਿਹਨਾਂ ਨੂੰ ਡਰੱਗਸ ਦੇ ਵਿੱਚ ਇਨਵੋਲਵ ਹੋਣ ਕਰਕੇ ਸਰਵਣ ਸਿੰਘ ਫਲੌਰ ਨੂੰ ਤੇ ਅਵਿਨਾਸ਼ ਨੂੰ ਬਾਕੀ ਸਾਰਿਆਂ ਨੂੰ ਬਣਾ ਤਾ ਰਾਈਟ। ਕੋਈ ਵਜ਼ੀਰ ਹੈ, ਕੋਈ ਸੀਪੀਐਸ ਹੈ, ਇਸ ਗੱਲ ਨੂੰ ਛੱਡੋ। ਅਸੀਂ ਬਣਾਇਆ ਹੈ ਡਰੱਗਸ ਦੇ ਵਾਰ ਹੋਣਾ ਜੇ ਕੋਈ ਪ੍ਰੂਫ ਹੈ ਇਹ ਆਪਾਂ ਕਹਿਣਾ ਕਿ ਨਹੀਂ ਪਰ ਕਹਿਣਾ ਕਿ ਆਪਾਂ ਤੁਸੀਂ ਬੋਲੇ ਨਾ ਮੈਂ ਨਹੀਂ ਬੋਲਿਆ ਨਹੀਂ ਉਹ ਠੀਕ ਹੈ ਬਟ ਡਰੱਗਸ ਚ ਇਨਵੋਲਵ ਹੋਣਾ ਇਸ ਰੋਂਗ ਫਾਰ ਦੈਟ ਨਾਟ ਆਪਣਾ ਤੁਸੀਂ ਕਹੋ ਕਿ ਹਾਲੇ ਤੱਕ ਪ੍ਰੂਫ ਨਹੀਂ ਹੋਇਆ ਨਹੀਂ ਬਟ ਫੈਕਟ ਇਹ ਹੈ ਕਿ ਉਹਨਾਂ ਦੇ ਇਲਜ਼ਾਮ ਲੱਗੇ ਨੇ। ਹਾਂ ਇਲਜ਼ਾਮ ਲੱਗਣਾ ਠੀਕ ਹੈ ਬਟ ਉਹ ਕਹਿਣਾ ਕਿ ਡਰੱਗਸ ਚ ਇਨਵੋਲਵ ਮਤਲਬ ਤੁਸੀਂ ਸਮਨ ਕੀਤਾ ਇਸ ਕਰਕੇ ਤੁਸੀਂ ਉਹਨਾਂ ਨੂੰ ਉਤਾਰਿਆ ਰਾਈਟ। ਦੈਟ ਇਜ਼ ਦੀ ਪ੍ਰੋਬਲਮ ਜਿਹੜੇ ਤੁਸੀਂ ਕਹਿੰਦੇ ਜੀ ਕਿ ਨਹੀਂ ਕੀਤਾ ਉਹ ਇਸ ਕਰਕੇ ਤੁਸੀਂ ਉਹਨਾਂ ਨੂੰ ਉਤਾਰਿਆ ਕਿਉਂਕਿ ਈਡੀ ਨੂੰ ਉਹਨਾਂ ਨੂੰ ਸੱਦ ਰਹੀ ਹੈ, 5 ਵਾਰੀ ਸੱਦ ਚੁੱਕੀ ਹੈ ਅਵਿਨਾਸ਼ ਜੀ ਨੂੰ ਔਰ ਉਹਨਾਂ ਦੀ ਵਾਈਫ ਨੂੰ ਔਰ ਉਹਨਾਂ ਦੇ ਭਰਾ ਨੂੰ। ਇਹ ਤਾਂ ਗੱਲ ਨਾ ਕਰੋ ਜੰਗਵੀਰ ਜੀ ਨਾ। ਕੁਐਸਚਨ ਇਜ਼ ਕਿ ਪੰਜਾਬ ਦੀ ਹਾਲਤ ਫਾਈਨੈਂਸ਼ਲੀ ਕੀ ਹੈ? ਓਕੇ ਫਾਈਨੈਂਸ਼ੀਅਲ ਮੁੱਦੇ ਤੇ ਮੈਂ ਕਹਿੰਦਾ ਸੀ ਕਿ ਮੁੱਝ ਮੈਂ ਫਾਈਨੈਂਸ਼ੀਅਲ ਮੁੱਦੇ ਤੇ ਮੈਂ ਵਾਪਸ ਆਉਣਾ ਮਿਲਣਾ ਜੰਗਵੀਰ ਨਾਲ ਵੀ ਇਸ ਬਾਰੇ ਗੱਲ ਕਰਾਂਗਾ। ਪਹਿਲਾਂ ਇੱਕ ਮਿੰਟ ਜਿਹੜਾ ਕਾਂਗਰਸ ਦੇ ਤੌਰ 'ਤੇ ਮੈਂ ਦੀਪਾ ਜੀ ਤੁਹਾਡੇ ਕੋਲੋਂ ਲੈਣਾ ਚਾਹੁੰਦਾ ਕਿ ਜੋ ਇਸ ਵੇਲੇ ਨਵੀਂ ਗਿਣਤੀ 'ਚ ਵਾਧਾ ਕੀਤਾ ਜਾਏ, ਜਿੱਦਾਂ ਮੈਂ ਕਹਿ ਰਿਹਾ ਸੀ ਕਿ 15% ਦੀ ਬਜਾਏ ਹੁਣ 36% ਤੱਕ ਇਹ ਅੰਕੜਾ ਚੱਲਿਆ ਗਿਆ ਜੇ ਸਾਰੇ ਆਪਾਂ ਮਿਲਾ ਕੇ ਦੇਖੀ। 15% ਦੀ 36% ਨਹੀਂ ਹੋਇਆ ਜੀ, ਇਹ 70% ਹੋ ਗਿਆ। ਓਕੇ ਉਹ ਕਿੱਦਾਂ ਜੀ? ਉਹ ਇਸ ਤਰ੍ਹਾਂ ਹੋ ਗਿਆ, 60 MLA ਆ ਜੀ ਇਹਨਾਂ ਦੇ ਆਪਣਿਆਂ ਦੇ ਅਕਾਲੀਆਂ ਦੇ, 18 ਟੋਟਲ ਮਿਨਿਸਟਰ ਹੈ, 4 BJP ਦੇ ਹੈ, 14 ਇਹਨਾਂ ਦੇ ਹੈ, 25 CPS ਹੈ, 5 BJP ਦੇ ਹੈ, 20 ਇਹਨਾਂ ਦੇ ਹੈ, 14 ਅਤੇ 20 34। ਓਕੇ 34 ਦੇ ਇੱਕ ਸਪੀਕਰ ਸਾਹਿਬ 35। ਜਦੋਂ 60 ਤੋਂ 35 ਤੁਸੀਂ ਲਾਓਗੇ ਉਹ 60-65% ਹੁੰਦਾ। ਦੂਜੇ ਪਾਸੇ ਆ ਜਾਓ BJP ਦੇ, BJP ਦੇ ਟੋਟਲ ਹੈ 12 MLA, 12 ਚੋਂ 4 ਮਿਨਿਸਟਰ, 5 CPS, 1 ਡਿਪਟੀ ਸਪੀਕਰ, 12 ਦੇ ਵਿੱਚੋਂ 10 ਨੂੰ ਇਹ ਪਿਛਣਾ ਮਿਲੀਆਂ ਹੋਈਆਂ ਲਾਹੇ ਲੈਣ ਦੀਆਂ, ਉਹ ਹੋ ਜਾਂਦੇ 85%। ਜੇ 60 ਤੇ 85 ਦਾ ਜੋੜ ਲਾਈਏ ਤਾਂ ਉਹ 70-75% ਬਣਦਾ, ਉਹ 36% ਨਹੀਂ ਬਣਦਾ। ਓਕੇ ਓਕੇ ਠੀਕ ਹੈ ਜੀ ਜੀ। ਬਾਕੀ ਜੇ ਗੱਲ ਹੈ ਟ੍ਰੇਨਿੰਗ ਦੇਣੀ ਹੈ ਹੋਰ ਦੇਣਾ, ਇਹ ਗੱਲਾਂ ਬਿਲਕੁਲ ਹਜਮ ਹੋਣ ਵਾਲੀਆਂ ਗੱਲਾਂ ਨਹੀਂ ਹੈਗੀਆਂ। ਬਿਲਕੁਲ ਜਿਵੇਂ CD ਕੰਬੋਜ ਸਾਹਿਬ ਨੇ ਕਿਹਾ ਕਿ ਸਾਰਿਆਂ ਨੂੰ ਵੇਖਦਾ ਪਿਆ ਕਿ ਬਾਬੇ ਕੀ ਖਿੱਚਾ ਕਰੇ ਹੈ, ਮਤਲਬ ਇਹਨਾਂ ਦੇ ਵੱਡੇ ਲੀਡਰ ਕੀ ਕੁਛ ਕਰ ਰਹੇ ਹੈ ਅਤੇ ਸਾਨੂੰ ਕਿਉਂ ਨਾ ਹਿੱਸਾ ਮਿਲੇ। ਜਾਂਦੇ ਚੋਰ ਦੀ ਲੰਗੋਟੀ ਸਹੀ, 4.5 ਸਾਲ ਹੋ ਗਏ। ਸਰਦਾਰ ਪ੍ਰਗਟ ਸਿੰਘ ਜੀ ਕਹਿੰਦੇ ਮੈਨੂੰ ਪੋਲੀਟਿਕਸ ਤਾਂ ਲਿਆਏ ਸੀ, ਮੈਂ ਚੰਗਾ ਭਲਾ SP ਸੀ, ਮੈਨੂੰ ਸੀ ਵੀ ਤੁਹਾਨੂੰ ਬਣਾਉਣ ਦੇ ਮਿਨਿਸਟਰ ਬਣਾਵਾਂਗੇ, ਸਪੋਰਟਸ ਦਾ ਤਾਂ ਵੇਖਣਾ ਹੀ ਤੁਸੀਂ ਹੋ। ਅੱਜ 4.5 ਸਾਲ ਹੋ ਗਏ ਵੇਖਦਿਆਂ ਨੂੰ, ਸਾਡੇ ਹੱਥ ਕੱਲੇ ਕੁਛ ਲੱਗਿਆ ਹੀ ਨਹੀਂ। ਉਹਨਾਂ ਦੀ ਨਾਰਾਜ਼ਗੀ ਸੀ, ਇਹਨੂੰ ਇਹ ਸੀ ਵੀ ਚਲੋ ਕੁਛ ਨਾ ਕੁਛ ਉਹਨਾਂ ਦੇ ਮੂੰਹ 'ਚ ਵੀ ਪਾਓ ਤਾਂ ਕਿ ਉਹ ਵੀ ਚਲੋ ਇੱਕ ਗੱਡੀ ਝੰਡੀ ਵਾਲੀ ਲੈ ਕੇ ਉਹ ਵੀ ਤੁਰੇ ਫਿਰੇ ਆਣਗੇ 6 ਮਹੀਨੇ, ਚਲੋ ਚੁੱਪ ਕਰ ਜਾਣਗੇ। ਪਰ ਮੇਰਾ ਖਿਆਲ ਉਹ ਚੁੱਪ ਕਰਦੇ ਵੇਖਦੇ ਨਹੀਂ, ਸ਼ਾਇਦ ਉਹਨਾਂ ਦਾ ਧਿਆਨ ਹੋਰ ਪਾਸੇ ਹੋਣਾ ਜੀ ਜੀ। ਜੰਗਵੀਰ ਮੈਂ ਜਿਹੜਾ ਗੱਲ ਹੈਗੀ ਕਿ ਖਰਚੇ ਵਧਣ ਦੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਦੀ, ਮੈਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਪ੍ਰਗਟ ਸਿੰਘ ਦੀ ਜਿਹੜਾ ਇਹਨਾਂ ਨੇ ਕੁਐਸਚਨ ਰੇਜ਼ ਕੀਤਾ, ਮੈਂ ਦਰਸ਼ਕਾਂ ਲਈ ਉਸ ਮੁੱਦੇ 'ਤੇ ਬਰੀਫ 'ਚ ਪ੍ਰਗਟ ਸਿੰਘ ਬਾਰੇ ਤੁਹਾਡੇ ਕੋਲ ਜਵਾਬ ਜਾਣਨਾ ਚਾਹਾਂਗਾ, ਜਿਹੜਾ ਇਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਨਾਰਾਜ਼ ਹੋ ਕੇ ਜਿਹੜਾ ਉਹ ਬੈਠੇ ਆ ਔਰ ਉਹਨਾਂ ਨੇ ਸੀ ਬੈਸ ਦਾ ਠਿਕਾਣਾ। ਪਹਿਲੇ ਤਾਂ ਮੈਂ ਕਰਨਲ ਸਾਹਿਬ ਨੇ ਕੁਝ ਕਿਹਾ ਸੀ, ਕਲੈਰੀਫਾਈ ਕਰਨਾ ਚਾਹੁੰਦਾ ਮੈਂ ਉਸ ਮੁੱਦੇ 'ਤੇ, ਮੈਂ ਉਸ ਮੁੱਦੇ 'ਤੇ ਤੁਹਾਨੂੰ ਜ਼ਿਆਦਾ ਸਮਾਂ ਦੇਣਾ ਚਾਹੁੰਦਾ, ਹੁਣ ਵਕਤ ਥੋੜ੍ਹਾ ਜਿਹਾ ਰਹਿੰਦਾ ਬ੍ਰੇਕ ਤੋਂ ਪਹਿਲਾਂ ਦਾ, ਮੈਂ ਦੁਬਾਰਾ ਆਵਾਂਗੇ ਇਸ ਮੁੱਦੇ 'ਤੇ ਪ੍ਰਗਟ ਸਿੰਘ ਬਾਰੇ। ਮੈਂ ਚਾਹੁੰਦਾ ਕਿ ਤੁਸੀਂ ਕਲੈਰੀਫਾਈ ਕਰੋ। ਬੜੇ ਆਪਣਾ ਸਰਦਾਰ ਪ੍ਰਗਟ ਸਿੰਘ ਇਜ਼ ਅ ਵੈਰੀ ਕੌਨਸ਼ੀਅਸ ਵਰਕਰ ਐਂਡ MLA, ਉਹ ਬੜਾ ਅੱਛਾ ਕੰਮ ਕਰ ਰਹੇ ਨੇ। ਔਰ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਣਾ ਚਾਹਾਂਗਾ ਕਿ ਜਿਹੜੀ ਅਕਾਲੀ ਦਲ ਹੈ ਇਹ 'ਚ ਆਪਣਾ ਦੇਰ ਇਜ਼ ਡਿਸਿਪਲਿਨ ਜੀ, ਇਹ ਆਪ ਜਾਂ ਕਾਂਗਰਸ ਨਹੀਂ ਹੈ। ਆਪ 'ਚ ਜਿਹੜੇ ਫਾਊਂਡਰ ਸੀਗੇ ਆਪ ਦੇ, ਉਹਨਾਂ ਨੂੰ ਜਲੀਲ ਕਰਕੇ ਕੱਢਤਾ, ਉਹਨਾਂ ਨੂੰ ਮੀਟਿੰਗ 'ਚ ਬੇਇੱਜ਼ਤ ਕੀਤਾ, ਜਿਹੜੇ ਉਹਨਾਂ ਦੇ MP ਸੀ ਉਹਨਾਂ ਨੂੰ ਸਸਪੈਂਡ ਕੀਤਾ, ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਕਿ ਤੁਸੀਂ ਆਪਣੀ ਗੱਲ ਕਹੋ। ਓਕੇ ਠੀਕ ਹੈ ਜੀ। ਔਰ ਉਹਨਾਂ ਨੂੰ ਜੋ ਕਹਿ ਰਹੇ ਵੀ ਅਸੀਂ ਗੱਲ ਕਰਨਾ ਚਾਹ ਰਹੇ, ਉਹ ਕਹਿੰਦੇ ਨਹੀਂ ਅਪੋਲੋਜਾਈਜ਼ ਕਰੋ ਪਹਿਲੇ। ਅਰਵਿੰਦ ਕੇਜਰੀਵਾਲ ਕਹਿੰਦੇ ਨੇ ਸ਼੍ਰੀ ਧਰਮਵੀਰ ਗਾਂਧੀ ਨੂੰ ਪਹਿਲੇ ਅਪੋਲੋਜਾਈਜ਼ ਕਰ, ਫਿਰ ਮੈਂ ਤੇਰੇ ਬਾਰੇ ਸੋਚਾਂਗਾ, ਪਬਲਿਕਲੀ ਕਰ, ਜਲੀਲ ਹੋ। ਜਿੱਥੋਂ ਤੱਕ ਕਾਂਗਰਸ ਦੀ ਗੱਲ ਹੈ, ਸਰਦਾਰ ਬੀਰ ਦਵਿੰਦਰ ਜੀ ਨੇ ਪਿੱਛੇ ਕੀ ਕੁਛ ਕਿਹਾ, ਮਿਸਟਰ ਜਗਮੀਤ ਬਰਾੜ ਰੋਜ਼ ਕੀ ਟਵੀਟ ਕਰ ਰਹੇ ਸੀਗੇ, ਉਹ ਕਿ ਸਾਰੇ ਦੇ ਸਾਹਮਣੇ ਸਰਦਾਰ ਪ੍ਰਗਟ ਸਿੰਘ ਦਾ ਮੈਂ ਕਹਿਣਾ ਇਹ ਚਾਹਾਂਗਾ ਕਿ ਆਪਣਾ ਹੀ ਹੈਜ਼
ਉਹਨਾਂ ਦਾ ਕੋਈ ਆਪਣਾ ਲੋਕਲ ਇਸ਼ੂ ਹੈ ਜੀ ਜੀ, ਉਹਨਾਂ ਨੇ ਨਾ ਪਾਰਟੀ ਬਾਰੇ ਕੁਝ ਕਿਹਾ ਹੈ ਨਾ ਪਾਰਟੀ ਨੇ ਉਹਨਾਂ ਨੂੰ ਕੁਝ ਕਿਹਾ ਹੈ, ਔਰ ਉਹਨਾਂ ਨੂੰ ਐਜ਼ ਅ ਡਿਸਿਪਲਿਨ ਸੋਲਜਰ ਥੈਂਕ ਯੂ ਚਿੱਠੀ ਲਿਖੀ ਹੈ ਜੰਗਵੀਰ ਤੁਹਾਡਾ ਵੀ ਸੀਐਮ ਸਾਹਿਬ ਨੂੰ ਮੈਂ ਤੁਹਾਡੇ ਵੱਲ ਵਾਪਸ ਆਉਣਾ ਹੁਣ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਇਹਨਾਂ ਮੁੱਦਿਆਂ 'ਤੇ ਵਾਪਸ ਆਉਂਦੇ ਹਾਂ। ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਜੰਗਵੀਰ ਜੀ, ਬ੍ਰੇਕ ਤੋਂ ਪਹਿਲਾਂ ਤੁਸੀਂ ਜਿਸ ਮੁੱਦੇ 'ਤੇ ਗੱਲ ਕਰ ਰਹੇ ਸੀ, ਖਾਸ ਤੌਰ 'ਤੇ ਡਿਸਿਪਲਿਨ ਨੂੰ ਲੈ ਕੇ, ਪ੍ਰਗਟ ਸਿੰਘ ਦੇ ਮੁੱਦੇ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਸੀ? ਮੈਂ ਇਹ ਕਹਿਣਾ ਚਾਹ ਰਿਹਾ ਸੀ ਜੋ ਆਪਣਾ ਸਰ ਪ੍ਰਗਟ ਸਿੰਘ ਨੇ ਇਹਨਾਂ ਦਾ ਕੋਈ ਲੋਕਲ ਇਸ਼ੂ ਸੀਗਾ, ਔਰ ਉਹ ਇਸ਼ੂ ਕੋਈ ਸਪੈਸੀਫਿਕ ਡੰਪ ਦਾ ਸੀਗਾ, ਅਤੇ ਉਹਨਾਂ ਨੇ ਚਿੱਠੀ ਵੀ ਲਿਖੀ ਸੀਐਮ ਸਾਹਿਬ ਨੂੰ, ਉਹਨਾਂ ਨੇ ਕੋਈ ਰੀਜ਼ਨਸ ਆਪਣੇ ਦੱਸੇ ਨੇ, ਅਤੇ ਦੈਟ ਇਜ਼ ਬੀਂਗ ਐਗਜ਼ਾਮਿਨਡ। ਸੀਐਮ ਸਾਹਿਬ ਨੇ ਉਹਨਾਂ ਨਾਲ ਕਨਵੇ ਵੀ ਕੀਤਾ ਕਿ ਡੰਪ ਨੂੰ ਕੋਈ ਇਹੋ ਜਿਹੀ ਮਨਜ਼ੂਰੀ ਦਿੱਤੀ ਵੀ ਨਹੀਂ ਗਈ ਸੀ। ਸੋ ਇਹ ਗੱਲ ਸਾਡੇ ਜਿਹੜੇ ਪੋਲੀਟੀਕਲ ਵਿਰੋਧੀ ਨੇ ਉਹ ਸਮਝ ਲੈਣ ਕਿ ਹੀ ਇਜ਼ ਅ ਪਾਰਟ ਆਫ ਦਾ ਐਸਏਡੀ ਫੈਮਿਲੀ, ਠੀਕ ਹੈ ਜੀ। ਐਂਡ ਐਂਡ ਨਹੀਂ, ਤੁਸੀਂ ਆਪ ਦੱਸੋ, ਇਹਦੇ 'ਚ ਕੋਈ ਜੇ ਕੋਈ ਆਪਣਾ ਕਿਸੇ ਦਾ ਲੋਕਲ ਇਸ਼ੂ ਹੈ ਜੋ ਉਹਨੇ ਪਾਰਟੀ ਨੂੰ ਦੱਸ ਦਿੱਤਾ ਹੈ, ਜੋ ਉਹਦੇ 'ਚ ਕੋਈ ਡਿਸਕਸ਼ਨ ਹੋ ਰਹੀ ਹੈ, ਇਟ ਇਜ਼ ਪਾਰਟ ਆਫ ਇੰਟਰਨਲ ਡੈਮੋਕ੍ਰੇਸੀ। ਉਹਨੂੰ ਜਲੀ ਉਹਨਾਂ ਨੂੰ ਸਸਪੈਂਡ ਨਹੀਂ ਕੀਤਾ ਗਿਆ ਆਰਬਿਟਰੀਲੀ, ਉਹਨਾਂ ਨੂੰ ਮੀਟਿੰਗਸ 'ਚੋਂ ਨਹੀਂ ਕੱਢਿਆ ਗਿਆ, ਉਹਨਾਂ ਨੂੰ ਜਲੀਲ ਨਹੀਂ ਕੀਤਾ ਗਿਆ। ਪਾਰਟੀ ਡਿਸਕਸ ਕਰੇਗੀ, ਪਾਰਟੀ ਆਪਣੇ ਆਪ ਫੈਸਲਾ ਦੇਵੇਗੀ, ਇਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਕੀ ਹੋ ਗਿਆ ਕੀ ਨਹੀਂ ਹੋ ਗਿਆ, ਕੁਛ ਨਹੀਂ ਹੋਇਆ। ਇਹ ਅਕਾਲੀ ਦਲ ਦਾ ਮਾਮਲਾ ਕਨਸਿਟੀ ਕੰਬੋਜ ਮੈਂ ਇਹ ਜੰਗਵੀਰ ਜੀ ਕਹਿੰਦੇ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ, ਅਜੇ ਤਾਂ ਗੱਲ ਚੁੱਕੀ ਨਹੀਂ, ਰਾਈਟ? ਪ੍ਰਗਟ ਸਿੰਘ ਜਾਣੇ ਤੁਸੀਂ ਜਾਣੋ, ਇਹਨਾਂ ਦੀ ਗੱਲ ਜਿਹੜੀ ਹੈ ਡਿਸਿਪਲਿਨ ਦੀ, ਡਿਸਿਪਲਿਨ ਇਹਨਾਂ ਦਾ ਇਹ ਹੈ ਕਿ ਬੁਲਾਰੀਆ ਉੱਥੇ ਭੁੱਖ ਹੜਤਾਲ 'ਤੇ ਬੈਠਾ ਰਿਹਾ, ਜਿਹੜੀ ਇਹ ਗੱਲ ਕਰਦੇ ਆ ਉਹੋ ਹੀ ਪ੍ਰਗਟ ਸਿੰਘ ਦੇ ਆਏ ਸੀ, ਜਿਹੜਾ ਲੋਕਲ ਮੁੱਦਾ ਖੋਲ੍ਹ ਕੇ ਦੱਸਦੇ ਨਹੀਂ ਹੈਗੇ। ਉੱਥੇ ਜਿਹੜਾ ਦੁਨੀਆ ਭਰ ਦਾ ਕਚਰਾ ਉਹ ਉੱਥੇ ਬੁਲਾਰੀਏ ਦੇ ਏਰੀਏ 'ਚ ਉੱਥੋਂ ਮੂਵ ਕਰਨਾ ਚਾਹੁੰਦੇ ਸੀਗੇ, ਉਹਨੂੰ ਹਾਰ ਕੇ ਵਿਚਾਰੇ ਨੂੰ ਉੱਥੇ ਭੁੱਖ ਹੜਤਾਲ ਰੱਖਣੀ ਪਈ, MLA ਹੁੰਦਿਆਂ ਔਰ CPS ਹੁੰਦਿਆਂ ਉੱਥੇ ਉਹ ਬੈਠਾ। ਇਹ ਇਹਨਾਂ ਦਾ ਡਿਸਿਪਲਿਨ ਹੈ, ਔਰ ਇਹ ਪ੍ਰਗਟ ਸਿੰਘ ਹੁਣੀ ਅੱਜ ਅਖਬਾਰ 'ਚ ਆਇਆ ਕਿ ਮੈਂ ਕਿਹੜੇ ਮੂੰਹ ਨਾਲ ਲੋਕਾਂ 'ਚ ਜਾਊਂਗਾ, ਕਿ ਉਹ ਉੱਥੇ ਕਹਿੰਦਾ ਸੀ ਕਿ ਮੈਨੂੰ ਜੇ 5 ਸਾਲ ਉੱਦਾਂ ਲੰਘ ਗਏ, ਆਹ ਜਦੋਂ ਆਏ ਕਿ ਇਲੈਕਸ਼ਨ ਲੜਨ ਵਾਸਤੇ ਕਿ ਬਈ ਜਿਹੜਾ ਹੈ ਮੇਰੀ ਜ਼ਿੰਮੇਵਾਰੀ ਹੈ, ਮੈਂ ਇੱਥੋਂ ਉਠਾਊਂਗਾ ਉਹ ਜਿਹੜਾ ਕਚਰਾ ਹੈਗਾ। ਨਹੀਂ, ਪਰ ਆਪਣਾ ਮੁੱਦਾ ਨਹੀਂ, ਇਹਨਾਂ ਨੇ ਇਹ ਵੀ ਕਿਹਾ ਕਿ ਨਾਲ ਕਿ ਅਸੀਂ ਇੱਦਾਂ ਨਹੀਂ ਕਰਦੇ ਜਿਵੇਂ ਆਮ ਆਦਮੀ ਦੇ ਲੋਕ। ਭਾਜੀ, ਮੇਰੀ ਗੱਲ ਸੁਣੋ, ਇਹ ਦੂਜੇ ਪਾਸੇ ਘੁਮਾ ਰਹੇ ਨੇ ਗੱਲ। ਪ੍ਰਗਟ ਸਿੰਘ ਦਾ ਕੁਐਸਚਨ ਹੈ, ਪ੍ਰਗਟ ਸਿੰਘ ਦਾ ਕੁਐਸਚਨ ਇਹ ਹੈ ਕਿ ਉਹ ਤੁਹਾਨੂੰ 5 ਸਾਲ ਲੰਘ ਗਏ, ਉਹ ਰੋਂਦਾ ਹੈ, ਕਲਪਦਾ ਵੀ ਇਹਨੂੰ ਇੱਥੋਂ ਚੁਕਾਓ, ਤੁਸੀਂ ਉਹਦੀ ਸੁਣਦੇ ਨਹੀਂ। ਅੱਜ ਮਜਬੂਰ ਹੋ ਕੇ ਉਹਨੂੰ ਲੋਲਾ ਪੱਚਾ ਕਰਨ ਵਾਸਤੇ ਉਹਨੂੰ CPS ਬਣਾ ਰਹੇ ਹੋ, ਕਹਿੰਦੇ ਮੈਂ ਬਣਦਾ ਨਹੀਂ ਕਿਉਂਕਿ ਲੋਕਾਂ ਨੂੰ ਕਿਹੜਾ ਮੂੰਹ ਦਿਖਾਊਂਗਾ। ਇਹ ਇਹਨਾਂ ਦਾ ਡਿਸਿਪਲਿਨ ਹੈ, ਇਹ ਇਹਨਾਂ ਦਾ ਡਿਸਿਪਲਿਨ ਹੈ ਕਿ ਨਵਜੋਤ ਕੌਰ ਜਿਹੜੀ ਹੈਗੀ ਹੈ ਉਹ ਰੋਜ਼ ਇਹਨਾਂ ਨੂੰ ਕੀ ਕੁਛ ਬੋਲਦੀ ਹੈ, ਤੇ ਇਹ ਅੱਗਿਓਂ ਜਿਹੜਾ ਕੁਛ ਨਹੀਂ ਬੋਲਦੇ, ਇਹ ਇਹਨਾਂ ਦਾ ਡਿਸਿਪਲਿਨ ਹੈ, ਇਹ ਇਹਨਾਂ ਦਾ ਡਿਸਿਪਲਿਨ ਹੈ। ਨੋਟ ਆਰ ਪਾਰਟੀ, ਇੱਕ ਮਿੰਟ, ਇਹ ਇਹਨਾਂ ਦਾ ਨਵਜੋਤ ਕੌਰ ਸਿੱਧੂ ਨੋਟ ਆ ਪਾਰਟੀ। ਚਲੋ ਠੀਕ ਹੈ, ਪਰ ਤਰਨਤਾਰਨ ਚ ਤੁਹਾਡੇ ਅਕਾਲੀ ਬੰਦਿਆਂ ਨੇ BJP ਦੇ ਬੰਦਿਆਂ ਨੂੰ ਸਰਿਆਮ ਕੁੱਟਿਆ ਨਹੀਂ? ਨਹੀਂ, ਇਹ ਤੁਹਾਡਾ ਡਿਸਿਪਲਿਨ ਹੈ? ਨਹੀਂ ਨਹੀਂ, ਉਹ ਲੋਕਲ ਇਸ਼ੂ ਸੀਗਾ, ਔਰ ਉਹ ਆਪਣਾ ਲੋਕਲ ਇਸ਼ੂ, ਬਿਲਕੁਲ ਲੋਕਲ, ਔਰ ਉਹ ਤੁਹਾਡਾ ਅਕਾਲੀ ਬੰਦੇ ਨਹੀਂ ਸੀ, ਉਹ ਕਮੇਟੀ ਲੈਵਲ ਦੀ ਕੋਈ ਗੱਲ ਸੀ, ਉਹ ਆਪਣਾ ਉਹ ਤੁਸੀਂ ਆਪਣਾ ਸਟੇਟ ਪੋਲਿਟਿਕਸ ਅਸੀਂ ਡਿਸਕਸ ਕਰ ਰਹੇ ਹਾਂ। ਉਹ ਕਮੇਟੀ ਚ ਤੁਹਾਡੇ 100 ਝਗੜੇ ਹੁੰਦੇ ਜੀ, ਕਮੇਟੀ ਲੈਵਲ ਤੇ ਕੋਈ ਆਪਸ ਚ ਕੋਈ ਰਲਦੇ ਮਿਲਦੇ ਨੇ, ਇੱਕ ਦੂਜੇ ਨੂੰ ਮਾਰਦੇ ਨੇ, ਇਹ ਨਹੀਂ ਕੋਈ ਗੱਲ, ਇੱਕ ਤੁਹਾਡਾ ਡਿਸਿਪਲਿਨ ਕਿ ਗੋਲੀਆਂ ਚ ਆ ਗਿਆ ਕਿ MP ਦੀ ਜਿਹੜੀ ਗੱਲ ਹੋ ਰਹੀ ਹੈ, MP ਸਾਹਿਬ, MP ਮਿਸਟਰ ਧਰਮਵੀਰ ਗਾਂਧੀ ਦੀ ਗੱਲ ਨੂੰ ਤੁਸੀਂ ਕੰਪੇਅਰ ਕਰ ਰਹੇ ਹੋ ਕਮੇਟੀ ਲੈਵਲ ਇਨਸੀਡੈਂਟ ਦੇ ਨਾਲ। ਕਾਨਰ ਸਿਟੀ ਕੋਈ ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ। ਦੀਪਾ ਜੀ, ਤੁਸੀਂ ਕਹਿ ਰਹੇ ਸੀ, ਮੈਂ ਤਾਂ ਜੋ ਜੰਗਵੀਰ ਜੀ ਨੇ ਕਿਹਾ ਕਿ ਸਾਡੀ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ 'ਚ ਬੜਾ ਡਿਸਿਪਲਿਨ ਹੈ, ਇਹ ਡਿਸਿਪਲਿਨ ਹੈ ਕਿ ਡਰ ਹੈ ਇਹਨਾਂ ਦੇ MLA ਅਤੇ CPA, ਇਹਨਾਂ ਦੇ CPS ਔਰ ਮਿਨਿਸਟਰ ਔਰ ਇਹਨਾਂ ਦੇ ਵਰਕਰ ਜਾਣਦੇ ਆ ਕਿ ਇਹਨਾਂ ਦਾ ਡਿਸਿਪਲਿਨ ਹੈ ਕਿ ਡਰ ਹੈ। ਬਾਕੀ ਇੰਨਾ ਜ਼ਰੂਰ ਹੈ ਕਿ ਜੇ ਸਿੱਖਾਂ ਦੇ ਸਿਧਾਂਤ 'ਤੇ ਜ਼ਰੂਰ ਚੱਲ ਰਹੇ ਹੈ ਕਿ ਵੰਡ ਕੇ ਛਕੋ, ਮਤਲਬ ਵੰਡ ਕੇ ਛਕੋ ਵਾਲਾ ਕੰਮ 'ਚ ਪੂਰਾ ਅਕਾਲੀ ਦਲ ਇਸ ਵੇਲੇ ਚੱਲ ਰਿਹਾ, ਵੀ ਆਪ ਵੀ ਖਾਓ ਪੀਓ ਅਤੇ ਆਪਦਿਆਂ ਨੂੰ ਖਵਾਓ ਪੀਓ, ਮੂੰਹ ਬੰਦ ਰੱਖੋ ਅਤੇ ਕੰਮ ਚਲਾਓ ਜਿੰਨੀ ਕੁ ਦੇਰ ਚੱਲਦਾ। ਆਪਦੀ ਕਮਾਈ ਜੋ ਦਸਾਂ ਨੋਹਾਂ ਦੀ ਕਿਰਤ ਕਮਾਈ ਹੈ ਉਹਨੂੰ ਵੰਡ ਕੇ ਛਕੋ, ਪਰ ਇਹਨਾਂ ਦਾ ਲੋਕਾਂ ਦੀ ਜਿਹੜੀ ਕਮਾਈ ਹੈ ਉਹਨੂੰ ਵੰਡ ਕੇ ਛਕੋ, ਇਹ ਫਰਕ ਹੈ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਜਿਹੜਾ ਨਵੇਂ ਮੁੱਖ ਸੰਸਦੀ ਸਕੱਤਰ ਬਣੇ ਉਹਨਾਂ 'ਚ ਇੱਕ ਅਹਿਮ ਮਸਲਾ ਇਹ ਵੀ ਉੱਠਿਆ, ਜਿੱਦਾਂ ਜੰਗਵੀਰ ਹੁਣੀ ਵੀ ਇਸ ਮਸਲੇ ਨੂੰ ਲੈ ਰਿਹਾ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਖਜ਼ਾਨੇ 'ਤੇ ਬੋਝ ਪਿਆ। ਮੈਂ ਜੰਗਵੀਰ ਹੁਣਾਂ ਵੱਲ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਲਈ ਕੁਛ ਫੈਕਟਸ ਜਿਹੜੇ ਹੈਗੇ ਧਿਆਨ 'ਚ ਲਿਆਉਣਾ ਚਾਹੁੰਦਾ, ਜਿਹੜੇ ਕਿ ਮੀਡੀਆ ਦੇ ਅੰਦਰ ਵੀ ਆਏ ਆ, ਸ਼ਾਇਦ ਕੋਰਟ ਦੇ ਅੰਦਰ ਵੀ ਇਹ ਫੈਕਟਸ ਰੱਖੇ ਗਏ ਹੈ ਕਿ ਇੱਕ ਅੰਦਾਜ਼ੇ ਦੇ ਅਨੁਸਾਰ ਜਿਹੜੇ ਨਵੇਂ CPS ਬਣਨ ਦੇ ਨਾਲ
2.10 crore रुपए का वाधू बोझ सरकारी खजाने पर पेगा। 1.21 लाख रुपए प्रति महीना उन्हों की तनखा है। 2 लाख रुपए सालाना उन्होंने सैर सपाटा गड्डी मकान स्टाफ मंत्रियों वाली सारिया सहूलत। इस तरीके जो आप गल कर देंगे पिछले दिन साडा अज का डिबेट का मुद्दा नहीं है जोड़ा इंडिया रेटिंग रिपोर्ट जी चाहिए क्या कि इस वे पंजाब की माली हालत जी है बहुत माड़ी है। इन्होंने परिस्थितियों के मद्देनज़र की खजाने से होर फालतू बोझ जोड़ा है पाया जा सकता जो कि असी केंद्र के कोलों भी इस वे 15,000 करोड़ रुपए के पैकेज की मंग कर रहे हैं। पिछले दिन जो विधानसभा का सैशन होकर हटिया उद भी है कि जनतक खेत्र देनदारियां तो गरंटियां जो सारिया मिला लिया जाए तो लगभग 2.25 लाख करोड़ रुपए का कर्जा ही है पंजाब। मैं इन मुद्दों के मद्देनज़र गल कर रहा जंगबीर जी कि लगता नहीं कि होर वित्तीय बोझ पेगा खजाने से दिल्ली च ਉਹਨਾਂ ਦੀ ਤਨਖਾਹ ਜ਼ਰੂਰ 2.25 lakhs ਹੈ ਕਿਉਂਕਿ ਉਹਨਾਂ ਦੀ ਤਨਖਾਹ ਸ਼੍ਰੀ ਅਰਵਿੰਦ ਕੇਜਰੀਵਾਲ ਨੇ 4 ਗੁਣਾ ਵਧਾਈ ਆਫਟਰ ਕਮਿੰਗ ਟੂ ਪਾਵਰ। ਸੋ ਆਈ ਥਿੰਕ ਥੋੜ੍ਹੀ ਜਿਹੀ ਗਲਤੀ ਹੈ ਜੀ ਇਟਸ ਆਪਣਾ ਤਨਖਾਹ 50,000 ਰੁਪਏ ਹੈ ਪਰ ਮੰਥ ਸੀ। ਜੰਗਵੀਰ ਇਸ ਮੁੱਦੇ ਦੇ ਉੱਤੇ ਜਿਹੜਾ ਅੱਜ ਮੀਡੀਆ ਦੇ ਅੰਦਰ ਰਿਪੋਰਟਿੰਗ ਹੋਈ ਹੈ ਹਾਈ ਕੋਰਟ ਦੇ ਅੰਦਰ ਜਿਹੜੇ ਫੈਕਟਸ ਦਿੱਤੇ ਗਏ ਹੈ ਮੈਂ ਉਸ ਫੈਕਟਸ ਨੂੰ ਕੋਟ ਕਰ ਰਿਹਾ ਮੇ ਵੀ ਹੋ ਸਕਦਾ ਤਨਖਾਹ ਦਾ ਪਾਰਟ ਨੇ ਉਸ ਦਾ 1.21 ਉਹਨਾਂ ਦਾ ਹਰ ਇਮੋਲੂਮੈਂਟ ਲੈ ਕੇ ਜਿਹੜੇ ਉਹਨਾਂ ਨੂੰ ਭੱਤਾ ਭੁੱਤਾ ਮਿਲਦਾ ਹੈ ਹੋਰ ਜੋ ਪ੍ਰਤੀ ਮਹੀਨਾ ਉਹਨਾਂ ਦਾ ਟੋਟਲ ਟੋਟਲ ਬੰਦ ਹੈ ਜੀ ਹਾਂ ਉਹ ਸਦਾ नॉट ओनली तनखा की गल एक अपना 550 करोड़ इन्होंने सिर्फ पब्लिसिटी वास्ते रखा है। वो पब्लिसिटी दिल्ली च नहीं कर रहे पब्लिसिटी पंजाब च कर रहे ने होर सारे स्टेटा च कर रहे ने जिथे इन्हों का कोई कई स्टेट से कोई इन्हों का है ही नहीं लिंक भी नहीं है उत्थे भी जो दिल्ली का पब्लिक मनी है पब्लिक मनी जी है दिल्ली की गवर्नमेंट की उस इज बिंग स्पेंट ऑल ओवर इंडिया ऑन पब्लिसिटी 550 करोड़। कर्नल साहब टॉकिंग यू आर टॉकिंग अबाउट 2 करोड़। कर्नल साहब अपना जी जहाज का खर्चा या कुछ गल कर रहे हर स्टेट का है कोई अलग नहीं हरियाणा का भी है जी हरियाणा चलो अद्धा ही हो ना पर 36 करोड़ की गल कर रहे हो मैं कर रहा 550 करोड़ के 550 करोड़ पब्लिसिटी से खर्च ने और फिर कहना असि आम आदमी पार्टी है तो साढ़ा सही इन्हों का वित्तीय बोझ हो गया 50,000 वित्तीय बोझ लाख रुपए का वित्तीय बोझ बड़ी बड़ी मैंने जवाब लेना चाहना गल पता की है दिल्ली है ਉਹਦੇ 'ਚ ਪਰ ਕੈਪੀਟਾ ਇਨਕਮ ਇਸ ਵੇਲੇ ਇੰਡੀਆ 'ਚ ਨੰਬਰ 1 'ਤੇ ਹੈ ਅਸੀਂ 14ਵੇਂ ਨੰਬਰ 'ਤੇ ਹਾਂ। ਦਿੱਲੀ ਨੂੰ ਕੋਈ ਕਰਜ਼ਾ ਲੈਣਾ ਨਹੀਂ ਪੈਂਦਾ ਪਰ ਇੱਥੇ ਜਿੰਨਾ ਪੰਜਾਬ ਗੌਰਮੈਂਟ ਕਰਜ਼ਾ ਲੈਂਦੀ ਹੈ ਹਰ ਸਾਲ ਉਹਦਾ 70% ਖਾਲੀ ਪਿਛਲਾ ਕਰਜ਼ਾ 'ਤੇ ਉਹਦਾ ਵਿਆਜ ਮੋੜਦੀ ਹੈ ਤੁਸੀਂ 69.8% ਜਸਟੀਫਾਈਡ ਟੂ ਸਪੈਂਡ 550 ਕਰੋੜਸ ਔਨ ਪਬਲਿਸਿਟੀ ਬਿਕੋਜ਼ ਪਰ ਕੈਪੀਟਾ ਇਨਕਮ ਜ਼ਿਆਦਾ ਹੈ ਮਤਲਬ ਦਿੱਲੀ ਦੇ ਲੋਕ ਆਪਣਾ ਸ਼੍ਰਮ ਕਰਕੇ ਜ਼ਿਆਦਾ ਪੈਸੇ ਕਮਾ ਰਹੇ ਨੇ ਤੁਹਾਡੀ ਤਜੋਰੀ 'ਚ ਪੈਸੇ ਪਾ ਰਹੇ ਨੇ ਤੁਸੀਂ ਉਹ ਤਜੋਰੀ 'ਚ ਪੈਸੇ ਆਏ ਨੇ ਉਹਨੂੰ ਡਿਵੈਲਪਮੈਂਟ ਵਾਸਤੇ ਨਹੀਂ ਯੂਜ਼ ਕਰੋਗੇ ਤੁਸੀਂ ਜੇ ਕਰੋਗੇ ਜੀ ਜੰਗਵੀਰ ਤੁਹਾਡਾ ਵਿਊ ਪੁਆਇੰਟ ਆ ਗਿਆ ਕਹਿੰਦੇ ਸੀ ਤੁਸੀਂ ਆਪਣੀ ਗੱਲ ਕਹੋ ਕਰਜ਼ਾ ਚੁੱਕਦੇ ਔਰ ਉਹ ਕਰਜ਼ਾ ਹੋਰ ਚੁੱਕਦੇ ਹੈ ਕਿ ਪਿਛਲੇ ਕਰਜ਼ੇ ਦਾ ਜਿਹੜਾ ਵਿਆਜ ਦੇਣ ਲਈ 70% ਹਰ ਸਾਲ ਜਿੰਨਾ ਕਰਜ਼ਾ ਚੁੱਕਦੇ ਆ ਉਹਦਾ ਇਹ ਵਿਆਜ ਲਾਉਂਦੇ ਇਹਨਾਂ ਦੀ ਟੋਟਲ ਜਿਹੜੀਆਂ ਇਹ ਪੈਨਸ਼ਨਾਂ ਤਨਖਾਹਾਂ ਵਿੱਚ ਅਤੇ ਇੰਟਰਸਟ ਦਿੰਦੇ ਹੈ ਇਹਨਾਂ ਦੇ ਰੈਵਨਿਊ ਦਾ ਉਹ 95% ਤੋਂ 97% ਉਹ ਖਰਚਾ ਹੈ ਤੁਸੀਂ ਇਹੋ ਜਿਹੇ ਹਾਲਾਤ ਦੇ ਵਿੱਚ ਜੇ ਹੈਗੇ ਹੋ ਤਾਂ ਤੁਸੀਂ ਫਜ਼ੂਲ ਖਰਚਿਆਂ ਤੋਂ ਬਿਨਾਂ ਮੈਂ ਤੁਹਾਨੂੰ ਹੋਰ ਛੋਟੀਆਂ ਇਗਜ਼ਾਮਪਲ ਦੱਸਦਾ 875 ਕਰੋੜ ਦੇ ਬੋਰੀਆਂ 'ਚ ਖਾ ਜਾਂਦੇ ਆ ਉਹਦਾ ਮੈਂ ਤੁਹਾਨੂੰ ਪਿਛਲੀ ਵਾਰੀ ਕਹਿ ਚੁੱਕਾ ਸੀ ਦੁਬਾਰਾ ਨਹੀਂ ਹੁਣ ਮੈਂ ਉਹ ਐਕਸਪਲੇਨ ਕਰਾਂਗਾ। ਅਗਲੀ ਗੱਲ ਤੁਸੀਂ ਸਾਰਾ ਪੈਸਾ ਰਾਜਸਥਾਨ ਸਰਹੰਦ ਕਨਾਲ ਦਾ ਪੈਸਾ ਮਿਲਿਆ
ਉਹਨੂੰ ਡਾਇਵਰਟ ਕਰ ਦਿੱਤਾ। ਇਹਨਾਂ ਸ਼ਰਾਬ ਦੇ ਉੱਤੇ ਐਜੂਕੇਸ਼ਨ ਸੈਸ ਲਗਾਇਆ, ਐਜੂਕੇਸ਼ਨ ਵਾਸਤੇ ਉਹ ਪੈਸਾ ਡਾਇਵਰਟ ਕਰ ਦਿੱਤਾ। ਇਹ ਤੁਸੀਂ ਇਹਨਾਂ ਦੀ ਇਹ ਫਜ਼ੂਲ ਖਰਚੀ ਦੇਖੋ ਕਿ 2,17,00,000 ਰੁਪਏ ਦੇ ਹਥਿਆਰ ਖਰੀਦੇ ਨੇ ਔਰ ਉਹਦੀਆਂ ਗੋਲੀਆਂ ਖਰੀਦੀਆਂ ਹੀ ਨਹੀਂ, ਉਹ ਉੱਦਾਂ ਹੀ ਪਿਆ। ਮਤਲਬ ਟੋਟਲ ਕਿਓਸ 528.78 crore ਰੁਪਏ ਇਹ ਖਰਚ ਦਿੱਤੇ, ਲੇਕਿਨ ਉਹਦਾ ਜਿਹੜਾ ਹੈ ਉਹ ਬਜਟ ਦੇ ਵਿੱਚ ਹੈ ਹੀ ਨਹੀਂ। ਸੋ ਥੈਂਕ ਯੂ ਵੈਰੀ ਮਚ ਤੁਹਾਡਾ ਵਿਊ, ਟੋਟਲ ਫਾਈਨੈਂਸ਼ੀਅਲ ਮੈਸ ਸਿਟੀ ਕੋ ਜੀ। ਜਿੱਦਾਂ ਕਿ ਇੱਕ ਮੇਰੀ ਖਬਰ ਸੀ ਕਿ ਇਹ ਜਦੋਂ ਛੱਡ ਕੇ ਜਾਣਗੇ 1.55 lakh crore ਦਾ ਕਰਜ਼ਾ ਛੱਡ ਕੇ ਜਾਣਗੇ। ਸਿਟੀ ਕੋ ਜੀ ਬਿਲਕੁਲ ਤੁਹਾਡੇ ਵਿਊ ਪੁਆਇੰਟ ਆ ਗਿਆ ਇਸ ਮੁੱਦੇ ਤੇ, ਮੈਂ ਮੁੜ ਆਉਣਾ ਤੁਹਾਡੇ ਵੱਲ। ਜੀ ਜੀ ਓਕੇ, ਥੈਂਕ ਯੂ ਵੈਰੀ ਮਚ। ਇੱਕ ਪੰਜਾਬੀ ਦੀ ਸਿਟੀ ਕੋ ਜੀ, ਥੈਂਕ ਯੂ ਵੈਰੀ ਮਚ। ਕਹਾਵਤ ਆਪਾਂ ਬਾਅਦ ਚ ਸੁਣਦੇ ਹਾਂ, ਪਲੀਜ਼ ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਦੀਪਾ ਜੀ, ਜਿਹੜਾ ਪਿਛਲੇ ਮੁੱਦੇ ਤੇ ਚਰਚਾ ਹੋ ਰਹੀ ਸੀ, ਜਦੋਂ ਖਾਸ ਤੌਰ ਤੇ ਗੱਲ ਆ ਰਹੀ ਸੀ ਕਿ ਖਰਚੇ ਵਧਣ ਦੀ ਗੱਲ ਆ, ਉਸ ਮੁੱਦੇ ਤੇ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਸੀ? ਜਿੱਥੋਂ ਤੱਕ ਗੱਲ ਆਈ, ਆਪਾਂ ਚਲੋ ਅਕਾਲੀ ਸਰਕਾਰ ਦੀ ਇੱਥੇ ਗੱਲ ਕੀਤੀ, ਆਪ ਦੀ ਵੀ ਗੱਲ ਹੋਈ ਕਿਉਂਕਿ ਆਪ ਪੰਜਾਬ ਦੇ ਵਿੱਚ ਵੀ ਵੇਖ ਰਹੀ ਹੈ, ਤੁਹਾਡੇ ਲਈ ਉਹ ਵੀ ਜ਼ਰੂਰੀ ਹੈ ਗੱਲ ਕਰਨਾ, ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਜੀ ਇਲੈਕਸ਼ਨ ਤੋਂ ਪਹਿਲਾਂ ਬਿਲਕੁਲ ਕਿ ਜੀ ਕਾਰ ਨਹੀਂ ਚਾਹੀਦੀ ਸਾਡੇ ਮੰਤਰੀ ਜੀ ਨੂੰ, ਮੈਨੂੰ ਵੀ ਨਹੀਂ ਚਾਹੀਦੀ, ਵੱਡੀ ਕੋਠੀ ਵੀ ਨਹੀਂ ਅਸੀਂ ਲੈਣੀ, ਮੈਂ 1 rupee ਤਨਖਾਹ ਲਵਾਂਗੇ। ਠੀਕ ਹੈ, ਇਹ ਬਿਲਕੁਲ ਕਿਹਾ ਉਹਨਾਂ ਨੇ, ਇੱਕ ਮਿੰਟ ਚਲੋ ਉਹ ਵੀ ਅਸੀਂ ਲਵਾਂਗੇ, ਅਸੀਂ ਕੋਈ ਐਸਾ ਫਜ਼ੂਲ ਖਰਚਾ ਐਸਾ ਬਿਲਕੁਲ ਨਹੀਂ ਕਰਾਂਗੇ। ਪਰ ਜਦੋਂ ਸਰਕਾਰ ਬਣੀ 400% ਜੀ ਕਿਸੇ ਸਟੇਟ ਨੇ ਹਾਈਕ ਨਹੀਂ ਕੀਤੀ ਜਿੰਨੀ ਦਿੱਲੀ ਸਰਕਾਰ ਨੇ ਕੀਤੀ ਹੈ, ਔਰ ਸਭ ਤੋਂ ਵੱਡੀਆਂ ਗੱਲਾਂ ਕਰਦੇ ਸੀ। ਠੀਕ ਹੈ, ਪਰ ਕੈਪਟਾ ਇਨਕਮ ਵੱਧ ਹੈ ਉੱਥੇ, ਪਰ ਉੱਥੇ ਲੋਨ ਨਹੀਂ ਹੈ, ਚੰਗੀ ਗੱਲ ਹੈ। ਪਰ ਜੇ ਇਸ ਤਰ੍ਹਾਂ ਦੇ ਖਰਚੇ ਹੋਣ ਲੈਣਗੇ ਤਾਂ ਉਹ ਵੀ ਦਿੱਲੀ ਦਾ ਹਾਲ ਪੰਜਾਬ ਵਰਗਾ ਹੋ ਜਾਊਗਾ, ਜੋ ਅੱਜ ਅਕਾਲੀ ਦਲ ਸਰਕਾਰ ਨੇ ਪੰਜਾਬ ਦਾ ਕੀਤਾ, ਉੱਥੇ ਵੀ ਸੈਂਟਰ ਤੋਂ ਲੋਨ ਲੈ ਕੇ ਕੰਮ ਚਲਾਉਣਾ ਪੈਣਾ ਜੇ ਇਸ ਤਰ੍ਹਾਂ ਦੇ ਖਰਚੇ ਰਹੇ। ਪਰ ਉਦੋਂ ਵੀ ਪਹਿਲਾਂ ਪਤਾ ਸੀਗਾ, ਦੇਖੋ ਤੁਸੀਂ ਜਦੋਂ ਮੈਨੀਫੈਸਟੋ ਬਣਾਉਂਦੇ ਹੋ, ਇਲੈਕਸ਼ਨ ਜਿਹੜੇ ਵਾਅਦੇ ਕਰਦੇ ਹੋ, ਘੱਟੋ ਘੱਟ ਕੁਛ ਨਾ ਕੁਛ ਤਾਂ ਉੱਥੇ ਟਿਕੋ। ਉਸ ਤੋਂ ਬਾਅਦ ਤੁਹਾਡੇ 'ਚ ਇੰਨੀ ਚੇਂਜ ਆ ਜਾਣਾ, ਇੰਨਾ ਵਾਰ ਵਾਰ ਯੂ ਟਰਨ ਲੈਣਾ, ਉਹ ਜ਼ਰੂਰ ਕੁਐਸਚਨ ਵਾਲਾ ਬਣਦਾ। ਅੱਜ ਵੱਡੀਆਂ ਗੱਡੀਆਂ, ਸਿਕਿਉਰਿਟੀ, ਮੈਂ ਕਹਿੰਦਾ ਬਿਲਕੁਲ ਤੁਸੀਂ ਨਾ ਕਹਿੰਦੇ, ਅਸੀਂ ਬਿਲਕੁਲ ਕੁਐਸਚਨ ਨਹੀਂ ਕਰਦੇ ਚੀਫ ਮਿਨਿਸਟਰੋਂ, ਤੁਹਾਨੂੰ ਗੱਡੀ ਵੀ ਚਾਹੀਦੀ ਹੈ, ਤੁਹਾਨੂੰ ਸਿਕਿਉਰਿਟੀ ਵੀ ਚਾਹੀਦੀ ਹੈ, ਤੁਹਾਨੂੰ ਵੱਡਾ ਬੰਗਲਾ ਵੀ ਚਾਹੀਦਾ ਹੈ, ਲੋਕਾਂ ਨੂੰ ਫੈਸਿਲਿਟੀਜ਼ ਵੀ ਚਾਹੀਦੀਆਂ, ਪਰ ਇਹ ਕਹਿਣਾ ਨਹੀਂ ਚਾਹੀਦਾ ਸੀ ਪਹਿਲਾਂ, ਸਾਡਾ ਸਿਰਫ ਕੁਐਸਚਨ ਇਹ ਹੈ। ਦੀਪਾ ਜੀ, ਕਨਰ ਸਿਟੀ ਕੰਬੋਜ ਬੈਠੇ, ਆਪਾਂ ਇਹਨਾਂ ਕੋਲੋਂ ਜਾਣਨਾ ਚਾਹੁੰਦੇ ਹਾਂ, 70 ਵਾਅਦੇ ਕੀਤੇ ਔਰ 70 ਦੇ 70 ਪੂਰੇ ਕਰਾਂਗੇ? ਇਹ ਫਜ਼ੂਲ ਖਰਚੇ ਨਾਲ ਕੀ ਕਰਾਂਗੇ? ਨਾ ਨਾ, ਹੋਰ ਵੀ ਨਾ ਬੋਲੋ, ਫਜ਼ੂਲ ਖਰਚੇ ਕਰਾਂਗੇ। ਅੱਜ ਕਿੰਨੇ ਕੀਤੇ ਆ? ਅਕਾਲੀ ਦਲ ਕਹਿੰਦੇ ਫਜ਼ੂਲ ਖਰਚੇ ਦੀ ਗੱਲ ਨਹੀਂ, ਦੀਪਾ ਜੀ ਨੇ ਕੋਈ ਪੁਆਇੰਟ ਰੇਜ਼ ਕੀਤੇ ਸੀ ਅਬਾਊਟ ਪ੍ਰੋਮਿਸਸ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਕੀ ਕਿਹਾ ਸੀ? ਰੈੱਡ ਲਾਈਟ ਨਹੀਂ ਹੋਏਗੀ, ਗੱਡੀ ਨਹੀਂ ਹੋਏਗੀ, ਰੈੱਡ ਲਾਈਟ ਸਭ ਕੁਝ ਨਹੀਂ ਲਾ ਰਹੇ, ਰੈੱਡ ਲਾਈਟ ਸਭ ਕੁਝ। ਔਰ ਮੁੱਖ ਗੱਲ ਤੁਸੀਂ ਕਹਿੰਦੇ ਨਹੀਂ ਕੋਈ ਆਪਣੇ ਲੋਕ ਗੱਡੀਆਂ ਲੈ ਲਈ, ਜੇ ਦਿੱਲੀ ਦੇ ਲੋਕ ਇੱਕ ਕਹਿਣ ਕਿ ਦਿੱਲੀ ਦੇ ਵਿੱਚ ਜਿਹੜਾ ਕੰਮ ਠੀਕ ਨਹੀਂ ਹੋ ਰਿਹਾ, ਦਿੱਲੀ ਦੇ ਲੋਕਾਂ ਨੂੰ ਬਿਲਕੁਲ ਗੱਲ ਸੁਣ, ਰੋਜ਼ ਤਰਨੇ ਲੱਗਦੇ ਨੇ ਦਿੱਲੀ। ਅੱਜ ਓਲਡ ਈਵਨ ਦਾ ਆਇਆ, ਦੋਨੋਂ ਹਲਕੇ ਦੇ ਵਿੱਚ ਰੌਲਾ ਪਾ ਰਿਹਾ। ਗੱਲ ਨਹੀਂ, ਆਪਾਂ ਇਸ਼ੂ ਦੀ ਗੱਲ ਕਰ ਰਹੇ ਹਾਂ, ਤੁਸੀਂ ਕਹਿੰਦੇ ਹੋ ਤੇ ਆਮ ਆਦਮੀ ਪਾਰਟੀ ਦੇ ਰਹਿੰਦੇ ਹੋ ਆਪਣੀ ਗੱਲ ਕਹਿ ਰਹੇ। ਮੈਂ ਇਹ ਕਹਿ ਰਿਹਾ ਕਿ ਦਿੱਲੀ ਦੇ ਵਿੱਚ ਜੇ ਕਿਹਾ ਕਿ ਬਿਜਲੀ ਅੱਧੀ ਕਰਾਂਗੇ, ਚਲੋ ਆਪਣੇ ਦਿੱਲੀ ਦੇ ਵਿੱਚ ਮਾੜੀ ਕਿਹਾ, ਨਹੀਂ ਦਿੱਲੀ ਵੱਲ ਲੈ ਆਉਂਦੇ ਲੈ ਆਉਂਦੇ, ਪਰ ਆਪਣੀ ਫਜ਼ੂਲ ਖਰਚੀ ਤੋਂ ਭੱਜ ਰਹੇ ਹਨ, ਜਿਹੜੀਆਂ ਗੱਲਾਂ ਮੈਂ ਚੁੱਕੀ ਆ ਉਹਦਾ ਤੇ ਜਵਾਬ। ਚਲੋ ਫਜ਼ੂਲ ਖਰਚੀ, ਅਸੀਂ ਬਿਲਕੁਲ ਅਕਾਲੀ ਦਲ ਵੀ ਫਜ਼ੂਲ ਖਰਚੀ ਕਰ ਰਿਹਾ ਤੇ ਉੱਥੇ ਆਪ ਵੀ ਫਜ਼ੂਲ ਖਰਚੀ ਕਰ ਰਿਹਾ। ਮੈਂ ਇੱਕ ਮਿੰਟ, ਉਸ ਤੋਂ ਵੀ ਨਹੀਂ ਭੱਜ ਸਕਦੇ, ਮੇਰੀ ਗੱਲ ਭੱਜ ਗਈ। ਇਹਨਾਂ ਤੋਂ ਉਮੀਦਾਂ ਸੀ ਲੋਕਾਂ ਨੂੰ ਕਿ ਡਿਫਰੈਂਟ ਤਰ੍ਹਾਂ ਦੀ ਸਰਕਾਰ ਦੇਣਗੇ। ਅੱਜ ਮੁੱਦਾ ਦਿੱਲੀ ਦੇ ਖਰਚੇ ਦਾ, ਅੱਜ ਮੁੱਦਾ ਹੈਗਾ ਪੰਜਾਬ ਦੇ CPS ਜਿਹੜਾ ਹੈ ਉਹ ਕਿਉਂ ਬਣਾਏ, ਗੱਲ ਇਹਦੀ ਹੈ। ਚੰਗ ਵੀ ਤੁਹਾਡੇ ਵੱਲ ਉਸੇ ਮੁੱਦੇ ਤੇ ਵਾਪਸ ਆਉਣਾ ਹੈ। ਮੁੱਦਾ ਹੈ ਕਿ ਤੁਸੀਂ ਲੰਬਾ ਸਮਾਂ ਸੀਨੀਅਰ ਜਰਨਲਿਸਟ ਰਹੇ ਹੋ, ਬੜਾ ਸਰਕਾਰਾਂ ਨੂੰ ਕਵਰ ਵੀ ਕੀਤਾ, ਇਹ ਗੱਲ ਜਿਹੜੀ ਵਾਰ ਵਾਰ ਇਹ ਆਉਂਦੀ ਰਹੀ ਹੈ ਕਿ ਜਿਹੜੇ ਮੁੱਖ ਸੰਸਦੀ ਸਕੱਤਰ ਬਣਾਏ ਜਾਂਦੇ ਹੈ, ਇਹ ਠੀਕ ਹੈ ਤੁਸੀਂ ਕਿਹਾ ਕਿ ਚੀਫ ਮਿਨਿਸਟਰ ਸਾਹਿਬ ਨੇ ਕਿਹਾ, ਆਦੇਸ਼ ਕੀਤਾ ਕਿ ਫਾਈਲ ਉਹਨਾਂ ਦੇ ਥਰੂ ਜਾਣਦੀ ਹੈ। ਪ੍ਰੈਕਟੀਕਲ ਸਥਿਤੀ ਕੀ ਹੈ ਕਿ ਨੋਰਮਲੀ ਕੋਈ ਵੀ ਕੈਬਨਿਟ ਮਿਨਿਸਟਰ ਇਹ ਨਹੀਂ ਚਾਹੁੰਦਾ ਕਿ ਉਹਦੀਆਂ ਫਾਈਲਾਂ ਜਿਹੜੀਆਂ ਕਿਸੇ ਸੰਸਦੀ ਸਕੱਤਰ ਕੋਲ ਜਾਣ ਜਾਂ ਉਹਦੇ 'ਚ ਦਖਲ ਦਿੱਤੀ ਜਾਵੇ। ਇੱਕ ਉਹ ਜਿਹੜਾ ਉਹਨਾਂ ਨੂੰ ਅਹੁਦਾ ਜ਼ਰੂਰ ਦਿੱਤਾ ਜਾਂਦਾ, ਚੰਡੀ ਵਾਲੀ ਕਾਰ ਦਿੱਤੀ ਜਾਂਦੀ ਹੈ, ਦਫ਼ਤਰ ਦਿੱਤਾ ਜਾਂਦਾ ਹੈ, ਪਰ ਪ੍ਰੈਕਟੀਕਲ ਤੌਰ 'ਤੇ ਸਰਕਾਰ ਦੇ ਨਾਲ ਕੈਬਨਿਟ ਮਿਨਿਸਟਰ ਦੇ ਤੌਰ 'ਤੇ ਉਹਦੀ ਕਾਰਗੁਜ਼ਾਰੀ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਔਰ ਕੋਈ ਕੈਬਨਿਟ ਮਿਨਿਸਟਰ ਦਖਲਅੰਦਾਜ਼ੀ ਦੇਣ ਉਹਦੇ 'ਚ ਤਿਆਰ ਨਹੀਂ ਹੁੰਦਾ, ਸਹਿਮਤ ਨਹੀਂ ਹੁੰਦਾ ਇਸ ਮੁੱਦੇ 'ਤੇ। ਇਹ ਤੁਹਾਡੀ ਗੱਲ ਸਹੀ ਹੈ ਬਿਲਕੁਲ, ਕਿ ਕਿਸੇ ਕੈਬਨਿਟ ਮਿਨਿਸਟਰ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। CPS
ਕੈਬਨਿਟ ਮਿਨਿਸਟਰ ਨੂੰ ਅਸਿਸਟ ਕਰਨ ਵਾਸਤੇ ਨੇ ਜੀ ਜੀ, ਉਹ ਆਪਣਾ ਰਾਈਵਲ ਪਾਵਰ ਬਣਨ ਵਾਸਤੇ ਨਹੀਂ ਹੈਗੇ। ਔਰ ਜਿੱਥੋਂ ਤੱਕ ਗੱਲ ਹੈ ਆਪਣਾ ਫਾਈਲਸ ਵਗੈਰਾ ਦੇ ਹੋਰ ਦੇ, ਜੋ ਸੀ ਐਮ ਸਾਹਿਬ ਦਾ ਹੁਕਮ ਹੈ ਉਹਦੀ ਪਾਲਣਾ ਹੁੰਦੀ ਹੈ, ਅਤੇ ਜੇ ਸੀ ਐਮ ਸਾਹਿਬ ਨੇ ਕਿਹਾ ਹੈ ਕਿ ਸੀ ਪੀ ਐੱਸ ਜਿਹੜੇ ਹੈਗੇ ਨੇ ਉਹਨਾਂ ਨੂੰ ਇਨਵੋਲਵ ਕਰਨਾ ਹੈ, ਉਹ ਅਸਿਸਟ ਕਰਨਗੇ, ਅਤੇ ਉਹ ਕਰ ਰਹੇ ਨੇ। ਔਰ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਕਈ ਸੀ ਪੀ ਐੱਸ ਨੇ, ਕਈ ਕਮੇਟੀਜ਼ 'ਚ ਵੀ ਨੇ, ਔਰ ਕਈ ਸੀ ਪੀ ਐੱਸ ਨੇ ਜਿਨ੍ਹਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ, ਜਿਨ੍ਹਾਂ ਨੇ ਪਬਲਿਕ 'ਚ ਜਾ ਕੇ ਔਰ ਆਪਣਾ ਆਪਣਾ ਗਰੁੱਪਸ ਬਣਾ ਕੇ ਹਰ ਅਲੱਗ ਅਲੱਗ ਵਰਗ ਨਾਲ ਗੱਲ ਕਰਕੇ ਆਪਣਾ ਗਵਰਨਮੈਂਟ ਨੂੰ ਬੜੀ ਅੱਛੀ ਸੁਜੈਸ਼ਨ ਦਿੱਤੀਆਂ ਔਰ ਉਹ ਇੰਪਲੀਮੈਂਟ ਵੀ ਹੋਈਆਂ। ਓਕੇ ਓਕੇ, ਤੁਹਾਨੂੰ ਲੱਗਦਾ ਹੈ ਕਿ ਕੋਈ ਬਿਕੋਜ਼ ਉਹ ਦੇ ਆਰ ਨੋਟ ਓਨਲੀ ਆਪਣਾ ਸੀ ਪੀ ਐੱਸ, ਦੇ ਆਰ ਰਿਪ੍ਰੈਜੈਂਟਿੰਗ ਅ ਪਰਟੀਕੁਲਰ ਆਪਣਾ ਕੰਸਟੀਟੂਐਂਸੀ ਐਂਡ ਦੇ ਆਰ ਆਲਸੋ ਰਿਪ੍ਰੈਜੈਂਟਿੰਗ ਸਮਥਿੰਗ ਪਰਟੀਕੁਲਰ ਕਮਿਊਨਿਟੀ। ਬਟ ਇਹ ਸੀ ਪੀ ਐੱਸ ਜਦੋਂ ਉਹਨਾਂ ਨੂੰ ਮਿਲਦਾ ਹੈ ਇੱਕ ਉਹ ਆਪਣਾ ਡਿਪਾਰਟਮੈਂਟ ਮਿਲ ਜਾਂਦਾ ਹੈ ਤਾਂ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਜ਼ਿਆਦਾ ਮਿਲਦਾ। ਸ੍ਰੀ ਕਮਲ ਜੀ, ਇਸ ਮੁੱਦੇ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਨੋਰਮਲੀ ਜਿਹੜਾ ਹੈਗਾ ਜਿਹੜੇ ਸੀ ਪੀ ਐੱਸ ਬੰਦੇ ਆ ਉਹਨਾਂ ਨੂੰ ਕੋਈ ਫਾਈਲ ਜਾਂ ਇੱਦਾਂ ਦਾ ਜਿਹੜਾ ਬੇਸ਼ੱਕ ਚੀਫ ਮਿਨਿਸਟਰ ਜਿੱਦਾਂ ਇਹਨਾਂ ਨੇ ਕਹਿੰਦੇ ਹੈਗੇ, ਪਰ ਪ੍ਰੈਕਟੀਕਲੀ ਜਿਹੜੀ ਹੈਗੀ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ, ਸਿਰਫ ਉਹਨਾਂ ਨੂੰ ਸਹੂਲਤਾਂ ਮੁਹੱਈਆ ਕੀਤੀਆਂ ਜਾਂਦੀਆਂ। ਸਿੱਧੂ ਸਾਹਿਬ, ਉਹ ਬਾਤ ਕਿਉਂ ਪੁੱਛਦੇ ਹੋ ਜੋ ਬਤਾਨੇ ਕੇ ਕਾਬਿਲ ਨਹੀਂ ਹੈ? ਉਹ ਸਾਰੀ ਦੁਨੀਆ ਨੂੰ ਤਾਂ ਪਤਾ ਹੈ ਕਿ ਉਹ ਸੀ ਪੀ ਐੱਸ ਜਿਹੜਾ ਹੈ ਉਹ ਖਾਲੀ ਉਹਨੂੰ ਗੱਡੀ ਦੇਣ ਵਾਸਤੇ, ਝੰਡੀ ਦੇਣ ਵਾਸਤੇ, ਔਰ ਉਹਦਾ ਜਿਹੜਾ ਮੂੰਹ ਬੰਦ ਕਰਨ ਵਾਸਤੇ ਕਿ ਉਹ ਇਹ ਸਾਰਾ ਕੁਛ ਕੀਤਾ ਜਾਂਦਾ ਹੈਗਾ। ਪ੍ਰੈਕਟੀਕਲੀ ਉਹਨਾਂ ਨੂੰ ਕੋਈ ਨੇੜੇ ਨਹੀਂ ਲੱਗਣ ਦਿੰਦਾ, ਦੈਟ ਇਜ਼ ਅ ਫੈਕਟ, ਰਾਈਟ? ਅਨਲੈਸ ਬਾਦਲ ਸਾਹਿਬ ਸਪੈਸੀਫਿਕਲੀ ਜੇ ਕਹਿਣ ਕਿ ਦਿਸ ਇਜ਼ ਦੀ ਸਬਜੈਕਟ ਵਿੱਚ ਹੀ ਵਿਲ ਹੈਂਡਲ, ਰਾਈਟ? ਪਰ ਇੱਦਾਂ ਦਾ ਆਰਡਰ ਕੋਈ ਪੰਜਾਬ ਗਵਰਨਮੈਂਟ ਨੇ ਦਿੱਤਾ ਹੋਵੇ ਮੈਨੂੰ ਨਹੀਂ ਪਤਾ, ਰਾਈਟ? ਵੈਨ ਹੀ ਥਰੂ ਆਲ ਫਾਈਲਸ ਵਿਲ ਨੈਵਰ ਗੋ ਟੂ ਸੀ ਪੀ ਐੱਸ। ਇੱਕ ਮਿਨਿਸਟਰ ਨੇ ਕਿਹਾ ਕਿ ਚੀਫ ਮਿਨਿਸਟਰ ਦਾ ਆਰਡਰ ਹੈਗਾ, ਇਹ ਪੰਜਾਬ ਸਰਕਾਰ ਦੇ ਬੁਲਾਰੇ ਹੈਗੇ, ਇਹਨਾਂ ਦਾ ਕਹਿਣਾ। ਚਲੋ ਠੀਕ ਹੈ ਜੀ, ਮੈਂ ਹੁਣ ਜਿਹੜਾ ਹੈ ਇਸ ਗੱਲ ਦੇ ਉੱਤੇ ਬਹਿਸ ਨਹੀਂ ਕਰਦੇ। ਗੱਲ ਤਾਂ ਇਹ ਹੈ ਕਿ ਦੈਟ ਪੰਜਾਬ ਇਜ਼ ਇਨ ਅ ਫਾਈਨੈਂਸ਼ੀਅਲ ਰੈਕ, ਰਾਈਟ? ਇਟ ਇਜ਼ ਇਨ ਅ ਵੈਰੀ ਵੈਰੀ ਬੈਡ ਸਟੇਟ। ਅੰਡਰ ਦੈਟ ਸਰਕਮਸਟਾਂਸਿਸ ਉਹ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਹੋਰ ਖਰਚੇ ਘਟਾਓ, ਪਰ ਜਦੋਂ ਬਾਦਲ ਸਾਹਿਬ, ਉਹਨਾਂ ਦਾ ਬੇਟਾ ਸੁਖਬੀਰ ਬਾਦਲ, ਹੋਰ ਮੰਤਰੀ ਮੌਜਾਂ ਲੈਂਦੇ ਨੇ, ਤਾਂ ਉਹਨਾਂ ਨੂੰ ਜੇ ਆਪਣੇ ਖਰਚੇ ਨਹੀਂ ਘਟਾਉਂਦੇ, ਮੇਰੇ ਤਾਂ ਇੰਨਾ ਹੀ ਪੁਆਇੰਟ ਹੈ, ਰੋਕ ਨਹੀਂ ਸਕਦੇ ਤੁਸੀਂ। ਦੂਜਾ ਜਿਹੜਾ ਹੈ, ਹੁਣ ਮੈਂ ਭਾਈ ਝੁੱਗੀ 'ਚ ਰਹਿਣ ਦੇ ਕਾਬਲ, ਮੈਂ ਉਹ ਕਹਿੰਦਾ ਕਿ ਉਹ ਮਹਿਲ 'ਚ ਰਹਿੰਦਾ, ਉਹ ਰਹੀ ਜਾਵੇ, ਪਰ ਮੈਂ ਤਾਂ ਝੁੱਗੀ ਦੇ ਕਾਬਲ, ਮੈਂ ਤਾਂ ਖਰਚਾ ਆ ਗਿਆ। ਥੈਂਕ ਯੂ ਵੈਰੀ ਮੱਚ ਇਸ ਮੁੱਦੇ 'ਤੇ। ਦੀਪਾ ਜੀ, ਮੈਂ ਅੱਜ ਦੀ ਜਿਹੜੀ ਬਿਗ ਡਿਬੇਟ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਇੱਕ ਦੂਜਾ ਅਹਿਮ ਮੁੱਦਾ ਉਹ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਇਹਨਾਂ ਦਿਨਾਂ 'ਚ ਵਿਦੇਸ਼ ਦੀ ਫੇਰੀ 'ਤੇ ਹੈ, ਤੁਸੀਂ ਕਿੰਨਾ ਕੁ ਸਮਝਦੇ ਕਿ ਉਹਨਾਂ ਦਾ ਵਿਦੇਸ਼ ਦਾ ਦੌਰਾ ਅਮਰੀਕਾ ਦਾ ਕਿੰਨਾ ਕੁ ਸਕਸੈਸ ਰਿਹਾ? ਵਿਦੇਸ਼ ਦੌਰਾ ਤਾਂ ਹਜੇ ਚੱਲ ਹੀ ਰਿਹਾ ਜੀ, ਚੱਲ ਰਿਹਾ ਹਜੇ, ਸ਼ਾਇਦ 40% ਹੋਇਆ, 60% ਅਜੇ ਰਹਿੰਦਾ, ਅਜੇ 10 ਤਰੀਕ ਤੱਕ ਹੈਗਾ ਅਗਲੇ ਮਹੀਨੇ ਦੀ, ਬੜਾ ਕਾਮਯਾਬ ਹੋ ਰਿਹਾ। ਜਿਵੇਂ ਹੁਣ ਸ਼ਿਕਾਗੋ ਤੋਂ ਸਾਰਾ ਉਹਨਾਂ ਦੀ ਨਿਊਜ਼ ਵੀ ਆਈ ਹੈ, ਸਾਰਾ ਪਤਾ ਲੱਗਿਆ, ਅੱਛੀਆਂ ਮੀਟਿੰਗਸ ਹੋ ਰਹੀਆਂ ਹੈ, ਜਿਹੜੇ ਸਾਡੇ NRIs ਹੈ ਬੜੇ ਤਗੜੇ ਹੋ ਕੇ ਸ਼ੌਂਕ ਨਾਲ ਮਿਲ ਵੀ ਰਹੇ ਹੈ, ਓਪੀਨੀਅਨ ਵੀ ਆਪਦਾ ਦੇ ਰਹੇ ਹੈ, ਵਿਊ ਪੁਆਇੰਟ ਵੀ ਆਪਦਾ ਦੇ ਰਹੇ ਹੈ। ਉਹ ਕੈਪਟਨ ਸਾਹਿਬ ਦਾ ਜੋ ਆਪਣੀ ਕ੍ਰੈਡੀਬਿਲਟੀ ਹੈ, ਖਾਸ ਕਰਕੇ ਪੰਜਾਬੀਆਂ ਦੇ ਵਿੱਚ, ਭਾਵੇਂ ਦੇਸ਼ ਦੇ ਕਿਸੇ ਵੀ ਹਿੱਸੇ 'ਚ ਬੈਠੇ ਹੈ, ਉਹਨਾਂ ਦਾ ਜਿਹੜਾ ਕੱਦ ਹੈ, ਜੋ ਉਹਨਾਂ ਦੀ ਕ੍ਰਿਸ਼ਮਾ ਹੈ, ਜੋ ਉਹਨਾਂ ਨੂੰ ਚਾਹੁੰਦੇ ਹੈ, ਉਹ ਪੰਜਾਬ 'ਚ ਵੀ ਪਤਾ ਲੱਗਦਾ, ਦੇਸ਼ 'ਚ ਵੀ ਪਤਾ ਲੱਗਦਾ, ਉਹ ਹੀ ਸਾਰਾ ਕੁਛ ਵਿਦੇਸ਼ 'ਚ ਵੀ ਹੈ। ਸੋ ਉਸ ਤਰ੍ਹਾਂ ਦੀਆਂ ਮੀਟਿੰਗਾਂ ਹੋ ਰਹੀਆਂ ਔਰ ਬੜਾ ਅੱਛੀਆਂ ਮੀਟਿੰਗਾਂ, ਕਾਮਯਾਬ ਮੀਟਿੰਗਾਂ ਹੋ ਰਹੀਆਂ ਔਰ ਬੜਾ ਕਾਮਯਾਬ ਦੌਰਾ ਚੱਲ ਰਿਹਾ। ਦੀਪਾ ਜੀ, ਬ੍ਰੇਕ ਤੋਂ ਪਹਿਲਾਂ ਮੈਂ ਇਹ ਵੀ ਜਾਣਨਾ ਚਾਹੁੰਦਾ ਦਰਸ਼ਕਾਂ ਦੇ ਲਈ, ਜਿਹੜਾ ਉੱਥੇ ਇਹ ਵੀ ਆ ਰਿਹਾ ਕਿ ਕੁਛ ਆਰਗੇਨਾਈਜੇਸ਼ਨ ਨੇ ਜਿਹੜਾ ਹੈਗਾ ਉੱਥੇ ਅਦਾਲਤ ਦੇ ਅੰਦਰ ਕੇਸ ਵੀ ਫਾਈਲ ਕੀਤਾ ਤਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੈਨੇਡਾ ਦੇ ਅੰਦਰ ਨਾ ਆਉਣ ਦਿੱਤਾ ਜਾਵੇ। ਕੈਨੇਡਾ ਦੀ ਉਹਨਾਂ ਨੇ ਆਪਣੀ ਜਿਹੜੀ ਪਹਿਲਾਂ ਜੋ ਯੋਜਨਾ ਬਣਾਈ ਸੀ ਰੈਲੀਆਂ ਦੀ, ਉਹ ਸਾਰੀਆਂ ਕੈਂਸਲ ਵੀ ਕਰਨੀਆਂ ਪਈਆਂ। ਇਹ ਲੱਗਦਾ ਨਹੀਂ ਕਿ ਉਹਨਾਂ ਦੀ ਫੋਰਮ ਦੀ ਜਿਹੜੀ ਹੈਗੀ ਟ੍ਰਿਪ ਹੈਗੀ ਹੈ ਵਿਵਾਦਾਂ 'ਚ ਘਿਰ ਗਈ ਇਹਦੇ ਨਾਲ? ਨਹੀਂ, ਉਹਦਾ ਹੀ ਠੀਕ ਹੈ, ਆਈ ਨੋ ਥੋੜ੍ਹਾ ਜਿਹਾ ਜਦੋਂ ਪ੍ਰੋਗਰਾਮ ਬਣਿਆ ਹੋਵੇ, ਪ੍ਰੋਗਰਾਮ 'ਚ ਚੇਂਜ ਲਿਆਉਣੀ ਪਵੇ ਤਾਂ ਉਹਦੇ 'ਚ ਥੋੜ੍ਹਾ ਪ੍ਰੋਗਰਾਮ ਡਿਸਟਰਬ ਤਾਂ ਹੁੰਦਾ ਹੈ, ਪਰ ਇਹਦੇ 'ਚ ਸਿੱਧੂ ਸਾਹਿਬ ਬਿਲਕੁਲ ਪਤਾ ਨਹੀਂ ਲੱਗ ਰਿਹਾ ਕਿ ਇਹਦੇ 'ਚ ਨਿਰੀ ਪੋਲੀਟਿਕਸ ਹੋ ਰਹੀ ਹੈ, ਕਿਸ ਨਾ ਕਿਸੇ ਦੀਆਂ ਦੇਸ਼ ਦੇ ਬਾਹਰਲੀਆਂ ਜੋ ਆਪਣੀਆਂ ਤਾਕਤਾਂ ਹੈ, ਦੇਸ਼ ਦੀਆਂ ਵਿਰੋਧੀ ਤਾਕਤਾਂ ਹੈ, ਜਾਂ ਕਾਂਗਰਸ ਪਾਰਟੀ ਹੈ, ਕੈਪਟਨ ਅਮਰਿੰਦਰ ਸਿੰਘ ਦੀਆਂ ਪੋਲੀਟੀਕਲ ਵਿਰੋਧੀ ਤਾਕਤਾਂ ਹੈ, ਕਿ ਉਹਨਾਂ ਦਾ ਕੁਛ ਐਸਾ ਕਾਰਨ ਤਾਂ ਨਹੀਂ ਜਿਹੜਾ ਆਹ ਕੁਛ ਜੋ ਕੈਨੇਡਾ 'ਚ ਹੋਇਆ, ਜਿਹੜਾ ਕੇਸ ਪਾਉਣ ਦੀ ਗੱਲ ਹੈ? ਹੁਣ ਕੇਸ ਕੀ ਹੈ,
ਜੋ ਉਹਨਾਂ ਦਾ ਕਹਿਣਾ, ਜੋ ਗੁਰਪਤਵੰਤ ਸਿੰਘ ਪੰਨੂ ਹੈ ਜੋ ਲੀਗਲ ਐਡਵਾਈਜ਼ਰ ਹੈ ਕਿ ਜੀ 2002 ਤੋਂ 2007 ਦੇ ਵਿੱਚ ਕੈਪਟਨ ਸਾਹਿਬ ਦਾ ਜਦੋਂ ਮੁੱਖ ਮੰਤਰੀ ਸੀ ਉਦੋਂ ਕੁਛ ਸਿੱਖਾਂ ਨਾਲ ਇੱਥੇ ਨਜਾਇਜ਼ ਹੋਇਆ, ਧੱਕਾ ਹੋਇਆ। 2005 'ਚ ਵੀ ਕੈਪਟਨ ਸਾਹਿਬ ਕੈਨੇਡਾ ਗਏ ਆ, 2007 ਤੋਂ ਬਾਅਦ ਵੀ ਕੈਨੇਡਾ ਗਏ ਹੈ। ਉਦੋਂ ਤਾਂ ਤੁਸੀਂ ਹਾਰ ਪਾ ਕੇ ਉਹਨਾਂ ਨੂੰ ਕਹਿੰਦੇ ਇਹੋ ਜਿਹਾ ਸਿੱਖ ਲੀਡਰ ਕੋਈ ਨਹੀਂ, ਇਹੋ ਜਿਹਾ ਪੰਜਾਬੀ ਕੋਈ ਨਹੀਂ ਜਿਹਨੇ ਇੰਨਾ ਵਧੀਆ ਚੀਫ ਐਜ਼ ਏ ਸੀ ਐੱਮ ਰਿਹਾ, ਐਜ਼ ਆ ਸਿੱਖ ਕੋਈ ਨਹੀਂ ਜਿਹਨੇ 1984 ਦੇ ਦੰਗਿਆਂ ਤੋਂ ਬਾਅਦ ਜਾਂ ਬਲਿਊ ਸਟਾਰ ਆਪਰੇਸ਼ਨ ਤੋਂ ਬਾਅਦ ਆਪਦੀ ਪਾਰਟੀ ਤੋਂ ਵੀ ਐਜ਼ ਏ ਔਰ ਮੈਂਬਰ ਪਾਰਲੀਮੈਂਟ ਵੀ ਰਿਜ਼ਾਈਨ ਕੀਤਾ ਹੋਵੇ। ਇਹੋ ਜਿਹਾ ਕੋਈ ਲੀਡਰ ਨਹੀਂ, ਇੱਕ ਇਹੋ ਜਿਹਾ ਸਿੱਖ ਲੀਡਰ ਨਹੀਂ ਸਾਡਾ ਕੋਈ ਜਿਹਨੇ ਬਲੈਕ ਥੰਡਰ ਆਪਰੇਸ਼ਨ ਤੋਂ ਬਾਅਦ ਬਰਨਾਲਾ ਸਰਕਾਰ 'ਚੋਂ ਰਿਜ਼ਾਈਨ ਕੀਤਾ ਹੋਵੇ। ਅੱਜ ਉਹ ਉਸ ਪੀਰੀਅਡ ਤੋਂ ਬਾਅਦ ਗਏ ਹੈ, ਉਦੋਂ ਇਹੋ ਜਿਹਾ ਕੋਈ ਇਸ਼ੂ ਨਹੀਂ ਆਇਆ। ਅੱਜ ਕੀ ਵਜ੍ਹਾ ਕਿ ਉਹ ਇਸ਼ੂ ਅੱਜ ਆਏ ਹੈ? ਤਾਂ ਮੈਂ ਸਮਝਦਾ ਇਹਦੇ 'ਚ ਪੋਲੀਟਿਕਸ ਹੋ ਰਹੀ ਹੈ, ਲੋਕ ਇਹ ਸਮਝਦੇ ਆ, NRI ਸਮਝਦੇ ਆ, ਪਰ ਉਹਨਾਂ ਨੇ ਦੌਰਾ ਠੀਕ ਹੈ ਕੈਨੇਡਾ ਨਹੀਂ ਗਏ ਹੋਏ ਜਿਵੇਂ ਉਹਨਾਂ ਨੂੰ ਸੁਜੈਸਟ ਕੀਤਾ ਇੰਡੀਅਨ ਗੌਰਮੈਂਟ ਨੇ, ਪਰ ਉਹਨਾਂ ਦਾ ਸਕਾਈਪ ਦੇ ਥਰੂ ਉਵੇਂ ਪ੍ਰੋਗਰਾਮ ਚੱਲ ਰਿਹਾ। ਜਿਹੜੇ ਕੋਆਰਡੀਨੇਟਰ ਸਾਡੇ ਉੱਥੋਂ ਗਏ, ਇੱਥੋਂ ਗਏ ਹੋਏ ਸਾਡੇ MLAs, ਉਹ ਉਵੇਂ ਉੱਥੇ NRI ਦੀਆਂ ਉਵੇਂ ਮੀਟਿੰਗਾਂ ਕਰ ਰਹੇ ਆ। ਕੈਪਟਨ ਸਾਹਿਬ ਆਪ ਉੱਥੇ ਨਹੀਂ ਪਰ ਸਕਾਈਪ ਦੇ ਥਰੂ ਉਹ ਉੱਥੇ ਹੈ। ਵੱਡੀ ਗੱਲ ਤਾਂ ਚਲੋ ਉੱਥੇ ਨਾ ਵੀ ਹੁਣ ਜੇ ਉੱਥੇ ਪੰਜਾਬੀਆਂ ਦੇ NRI ਦੇ ਦਿਲਾਂ 'ਚ ਉਹਨਾਂ ਦੀ ਜਗ੍ਹਾ ਹੈ ਤਾਂ ਫਿਰ ਉਹ ਉੱਥੇ ਹੁਣ ਦੌਰਾ ਲੱਗਦਾ ਕਿ ਕਾਮਯਾਬ ਹੈ। ਬਿਲਕੁਲ ਬਿਲਕੁਲ ਕਾਮਯਾਬ ਹੈ। ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਇਸ ਮੁੱਦੇ 'ਤੇ ਵਾਪਸ ਆਉਂਦੇ ਹਾਂ ਕਿ ਕੀ ਕੈਪਟਨ ਅਮਰਿੰਦਰ ਸਿੰਘ ਦੀ ਵਿਦੇਸ਼ ਫੈਰੀ ਕਿੰਨੀ ਕਾਮਯਾਬ ਰਹੀ ਹੈ। ਗਲੋਬਲ ਪੰਜਾਬ TV ਤੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਜੰਗਬੀਰ ਜੀ, ਬ੍ਰੇਕ ਤੋਂ ਪਹਿਲਾਂ ਖਾਸ ਤੌਰ 'ਤੇ ਆਪਾਂ ਕੈਪਟਨ ਅਮਰਿੰਦਰ ਦੀ ਜਿਹੜੀ ਵਿਦੇਸ਼ ਫੇਰੀ 'ਤੇ ਚਰਚਾ ਕਰ ਰਹੇ ਸੀ। ਦੀਪਾ ਜੀ ਦਾ ਕਹਿਣਾ ਕਿ ਜਿੰਨਾ ਵੀ ਹੁਣ ਸਮਾਂ ਨਿਕਲਿਆ ਸਕਸੈਸਫੁਲ ਰਹੀ ਹੈ ਔਰ ਕਈ ਰੀਜ਼ਨ ਹੈਗੇ ਆ ਕੈਨੇਡਾ ਦੇ ਲਈ ਵੀ ਕਿਉਂ ਇਹ ਵਾਪਰਿਆ ਸਾਰਾ ਕੁਝ, ਤੁਸੀਂ ਇਸ ਮੁੱਦੇ 'ਤੇ ਕੀ ਕਹਿਣਾ ਚਾਹੋਗੇ? ਆਈ ਬੈਗ ਟੂ ਡਿਫਰ ਵਿਦ ਦੀਪਾ ਜੀ। ਸਾਰਿਆਂ ਨੂੰ ਪਤਾ ਕਿੰਨੀ ਸਕਸੈਸਫੁਲ ਰਹੀ, ਜੇ ਦੋ ਵਰਡਸ 'ਚ ਕਹਿਣਾ ਹੈ ਤਾਂ ਆਪਾਂ ਇਹ ਕਹਾਂਗੇ ਇਟ ਵਾਜ਼ ਅ ਫਲੋਪ ਸ਼ੋਅ ਔਰ ਟੈਰੇਬਲ ਫਲੋਪ ਸ਼ੋਅ ਸੀਗਾ। ਉਹ ਇਸ ਕਰਕੇ ਵੀ ਆਈ ਥਿੰਕ ਵਿਜ਼ਿਟ ਜਿਹੜੀ ਪਲਾਨ ਹੋਈ ਹੈ ਕੋਈ ਸੀਰੀਅਸਨੈਸ ਨਹੀਂ ਸੀਗੀ। ਇਹ ਐਂ ਲੱਗ ਰਿਹਾ ਸੀ ਜਿਵੇਂ ਕੋਈ ਹੋਲੀਡੇ ਵਾਸਤੇ ਕੋਈ ਜਾ ਰਿਹਾ, ਕਿ ਪਹਿਲੇ ਨਾਰਕੰਡਾ ਜਾਂਦੇ ਸੀ ਕੈਪਟਨ ਸਾਹਿਬ ਹੋਲੀਡੇ ਵਾਸਤੇ ਅਤੇ ਐਤਕੀ ਬਾਹਰ ਜਾ ਰਹੇ ਨੇ। ਜਿਹੜੇ ਕੋਆਰਡੀਨੇਟਰ ਸੀਗੇ ਜੋ ਉੱਥੇ ਪਹੁੰਚੇ ਸੀ ਉਹਨਾਂ ਦੇ ਸਾਰੇ ਸੋਸ਼ਲ ਮੀਡੀਆ 'ਚ ਕੈਪਸ ਪਾਈਆਂ ਹੋਈਆਂ, ਵਾਈਨਿੰਗ ਅਤੇ ਡਾਈਨਿੰਗ ਕਰ ਰਹੇ ਨੇ, ਸਾਰੀ ਸੋਸ਼ਲ ਮੀਡੀਆ 'ਚ ਫੋਟੋਗ੍ਰਾਫਸ ਲੱਗੀਆਂ। ਇਹ ਕਹਿ ਰਹੇ ਨੇ ਕਿ ਕੈਪਟਨ ਸਾਹਿਬ ਦਾ ਸ਼ਿਕਾਗੋ 'ਚ ਬੜਾ ਸਵਾਗਤ ਹੋਇਆ, ਬੜਾ ਕੁਛ ਕੰਮ ਕੀਤਾ। ਜੋ ਸੋਸ਼ਲ ਮੀਡੀਆ ਜਾਂ ਸਾਰੇ ਅਖਬਾਰ ਕਹਿੰਦੇ ਨੇ ਉਹ 'ਚ ਫੋਟੋਗ੍ਰਾਫਸ ਹੈਗੀਆਂ, ਮੇਰੇ ਮੋਬਾਈਲ 'ਤੇ ਵੀ ਹੈ, ਤੁਹਾਡੇ ਸਾਰਿਆਂ ਦੇ ਮੋਬਾਈਲ 'ਤੇ ਹੋਣਗੇ, ਕਿ ਉਹਨਾਂ ਨੇ ਕਿਹਦੇ ਨਾਲ ਔਰ ਕਿੱਦਾਂ ਆਪਦਾ ਟਾਈਮ ਸ਼ਿਕਾਗੋ 'ਚ ਬਤੀਤ ਕੀਤਾ। ਇਹ ਸਾਰਿਆਂ ਨੂੰ ਦੇਖਣੀਆਂ ਚਾਹੀਦੀਆਂ ਫੋਟੋਗ੍ਰਾਫਸ ਵੀ ਔਰ ਕੀ ਪਾਰਟੀਜ਼ ਹੋਈਆਂ, ਕੀ ਕੁਛ ਹੋਇਆ। ਦੂਜੀ ਮੈਂ ਗੱਲ ਕਰਨਾ ਚਾਹ ਰਿਹਾ ਕਿ ਇੱਕ ਬੜੇ ਸੀਨੀਅਰ ਲੀਡਰ ਵਾਸਤੇ ਬੜੀ ਆਪਣਾ ਅੱਛੀ ਨਹੀਂ ਲੱਗਦੀ ਗੱਲ, ਦੀਪਾ ਜੀ ਨੇ ਹੁਣੀ ਗੱਲ ਕਰਤੀ ਸੀ ਹੋਈ ਕਿ ਦੇਸ਼ ਵਿਰੋਧੀ ਸਿੱਖਸ ਫੋਰ ਜਸਟਿਸ ਨੇ ਕੋਈ ਸ਼ਾਇਦ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਕੇ, ਨਹੀਂ ਮੈਂ ਵੀ ਕਲੀਅਰ ਕਰ ਰਿਹਾ ਤੁਹਾਨੂੰ, ਕੈਪਟਨ ਸਾਹਿਬ ਨੇ ਵੀ ਇਹ ਗੱਲ ਕੀਤੀ ਸੀ ਔਰ ਉਹਨਾਂ ਨੇ ISI ਦਾ ਨਾਮ ਲਿਆ ਸੀ। ਹੁਣ ਜੇ ਇਹੋ ਜਿਹਾ ਐਲੀਗੇਸ਼ਨ ਕਰਦੇ ਹੈ ਉਹ ਵਿਦ ਪ੍ਰੂਫ ਹੋਣਾ ਚਾਹੀਦਾ ਐਂਡ ਵੀ ਸ਼ੁੱਡ ਸਟਿਕ ਟੂ ਦ ਐਲੀਗੇਸ਼ਨ, ਬਿਕੋਜ਼ ਵੀ ਸ਼ੁੱਡ ਯੂ ਨੋ ਵੀ ਆਪਣਾ ਅਸੀਂ ਇੱਕ ਗੱਲ ਕਹੀ ਹੈ ਔਰ ਇੰਨੇ ਸੀਨੀਅਰ ਲੀਡਰ ਨੇ ਔਰ ਇੰਨੇ ਸੀਨੀਅਰ ਲੀਡਰ ਆਫ ਨੈਸ਼ਨਲ ਪਾਰਟੀ ਜਿਹੜੇ ਆਪਣਾ ਕਾਂਗਰਸ ਹੈ ਉਹਨੇ ਗੱਲ ਕਹੀ ਹੈ ਕਿ ਇਹਨਾਂ ਦਾ ISI ਨਾਲ ਲਿੰਕ ਹੈ। ਹੁਣ ਉਹ ਗੱਲ ਦੇਖੋ ਜੀ, ਦੋ ਦਿਨਾਂ ਬਾਅਦ ਕੱਲ੍ਹ ਇਹਨਾਂ ਦਾ ਬਿਆਨ ਆਇਆ ਹੈ ਕਿ ਆਪਣਾ ਜੀ ਇਹਨਾਂ ਦਾ ਕੋਈ ਮੈਂ ਟੇਕ ਬੈਕ ਕਰਦਾ, ਮੈਂ ਇਹਨਾਂ ਨੇ ਆਪਣਾ ਬਿਆਨ ਹੀ ਵਾਪਸ ਲੈ ਲਿਆ। ਇਜ਼ ਇਟ ਨੋਟ ਅਮਾਊਂਟਿੰਗ ਟੂ ਅਪੋਲੋਜੀ ਕਿ ਇਹਨਾਂ ਨੇ ਮਾਫ਼ੀ ਮੰਗ ਲਈ ਕਿ ਸੋਰੀ ਮੈਨੂੰ ਮਾਫ਼ ਕਰ ਦਿਉ ਕਿ ਮੈਂ ਆਪਣਾ ਬਿਆਨ ਵਾਪਸ ਲੈ ਲੈਣਾ। ਸੋ ਇਹ ਤੇ ਆਪਣਾ ਇਹਨਾਂ ਦੇ ਜਿਹੜੇ ਪ੍ਰਾਪਤੀਆਂ ਹੈਗੀਆਂ ਵਿਜ਼ਿਟ ਦੀ ਜੰਗ ਵੀ ਤੁਹਾਡੀ ਆਪਣੀ ਇੱਕ ਵੱਖਰੀ ਰਹਿ। ਦੀਪਾ ਜੀ, ਇਸ ਮੁੱਦੇ ਤੇ ਤੁਸੀਂ ਕਹਿਣਾ ਕਿ ਟੋਟਲੀ ਮੈਂ ਤੁਹਾਡੇ ਵੱਲ ਵੀ ਆਉਣਾ। ਦੀਪਾ ਜੀ ਬਹੁਤ ਖਾਲੀ ਹੈ ਜੰਗਵੀਰ ਜੀ, ਉਹ ਵੀ ਯਾਦ ਕਰਨ ਇਹਨਾਂ ਦੇ ਮੰਤਰੀ ਵੀ ਪਿੱਛੇ ਗਏ ਸੀ ਇਹਨਾਂ ਦੇ, ਉਹਨਾਂ ਦਾ ਬਹੁਤ ਅੱਛਾ ਰਿਸਪੌਂਸ ਮਿਲਿਆ, ਜਿਹੜਾ ਰਿਸਪੌਂਸ ਸੀ ਅਸੀਂ ਵੀ ਉਹ ਇੱਕ ਮਿੰਟ ਮੈਨੂੰ ਆਪਣੀ ਗੱਲ ਕਰ ਲੈਣ ਦਿਓ। ਜੋ ਤੋਤਾ ਸਿੰਘ ਜੀ ਜਾਂ ਜਿਹੜੇ ਇਹਨਾਂ ਤੋਤਾ ਸਿੰਘ ਐਂਡ ਪਾਰਟੀ ਦੋ ਲੋਕ ਜੋ ਉਹਨਾਂ ਨੂੰ ਭਜਾਇਆ ਦੁੜਾਇਆ ਵਾਲੀ ਗੱਲ ਮੈਂ ਆਪ ਆਪਣੀਆਂ ਟੇਪਾਂ ਦੇਖੀਆਂ, ਜੋ ਉਹਨਾਂ ਦੇ ਬਜਾਰੇ ਹੋਏ, ਜੋ ਉਹਨਾਂ ਦੀ ਮੁਰਦਾਬਾਦ ਹੋਈ, ਸੌਰੀ ਟੂ ਸੇ ਦਿਸ ਵਰਡ, ਜੋ ਉਹਨਾਂ ਦਾ ਉੱਥੇ ਬੁਰਾ ਹਾਲ ਹੋਇਆ ਉਹ ਸਾਰਿਆਂ ਨੇ ਵੇਖਿਆ। ਕੋਈ ਭੱਜਿਆ ਨਹੀਂ, ਦੋ ਤਿੰਨ ਲੋਕਾਂ ਨੇ ਕਿਸੇ ਨੇ ਚਲੋ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਹੋਈ, ਜਿਵੇਂ ਵੀ ਹੋਇਆ ਭੱਜਿਆ ਕੋਈ, ਔਰ ਉਹ ਬਿਲਕੁਲ ਜੋ ਉਹਨਾਂ ਦਾ ਦੌਰਾ ਸੀ ਵਿੱਚੋਂ ਛੱਡ ਕੇ ਆਏ ਆ, ਉਹ ਕੰਪਲੀਟ ਵੀ ਨਹੀਂ ਕਰ ਸਕੇ। ਹਜੇ 8 ਮਹੀਨੇ ਪਏ ਐਕਸਪਲੇਨ ਕਰੋ ਜੀ, ਹਜੇ 8 ਮਹੀਨੇ ਪਏ ਆ
ਕੀ ਕੰਮ ਕੀਤਾ ਹਜੇ 8 ਮਹੀਨੇ ਪਏ ਹੈ ਕੋਈ ਇਹਨਾਂ ਦਾ ਮੰਤਰੀ ਇਹਨਾਂ ਦਾ ਸੀਐਮ ਸਾਹਿਬ ਇਹਨਾਂ ਦੇ ਡਿਪਟੀ ਸੀਐਮ ਇਹਨਾਂ ਦੇ ਮੰਤਰੀ ਦੁਆਰਾ ਜਾਣ ਦੀ ਹਿੰਮਤ ਕਰ ਲੈਣ ਉੱਥੇ ਇਹਨਾਂ ਨੂੰ ਇੰਨੇ ਪਿਆਰ ਉੱਥੇ ਕਰਦੇ ਆ ਤਾਂ ਬਾਕੀ ਗੱਲ ਦੇਖੋ ਉੱਥੇ ਪਿਆਰ ਕਰਦੇ ਵਾਲੇ ਪੰਜਾਬੀ ਬੈਠੇ ਹੈ ਸੀਐਮ ਸਾਹਿਬ ਨੂੰ ਦੋਸਤ ਹੈ ਸਾਰਿਆਂ ਦੇ ਰਿਸ਼ਤੇਦਾਰ ਦੋਸਤ ਹੈ ਸਾਡੇ ਐਮਐਲਏ ਵੀ ਗਏ ਹੋਏ ਆ ਅਗਲਾ ਸ਼ਾਮ ਨੂੰ ਕਿਸੇ ਵੇਲੇ ਆਪਦੇ ਘਰ ਬੁਲਾਉਂਦਾ ਆਪਣੇ ਖਾਣਾ ਖਿਲਾਉਂਦਾ ਬੈਠਦੇ ਆ ਫੋਟੋਆਂ ਖਿੱਚਦੇ ਆ ਉਹ ਕੋਈ ਮਾੜੀ ਗੱਲ ਨਹੀਂ ਆਪਾਂ ਇੱਥੇ ਵੀ ਕਰਦੇ ਹਾਂ ਉੱਥੇ ਵੀ ਕਰਦੇ ਹਾਂ ਜਿੰਨਾ ਕੋਈ ਆਪਣੇ ਮੁਤਾਬਕ ਆਓ ਭਗਤ ਕਰ ਸਕਦਾ ਪੰਜਾਬੀਆਂ ਦੀ ਆਓ ਭਗਤ ਕਰ ਸਕਦਾ ਉਹ ਉੱਥੇ ਕਰ ਰਹੇ ਜਿਹੜੇ ਲੋਕ ਆਏ ਨੇ ਉਹਨਾਂ ਨਾਲ ਤੁਸੀਂ ਵਾਈਨਿੰਗ ਡਾਈਨਿੰਗ ਕਰ ਰਹੇ ਸੀ ਆਪਣੇ ਅੰਦਰ ਵੀ ਜਾਂ ਉਧਰ ਵੀ ਕੋਈ ਦੇਸ਼ ਵਿਰੋਧੀ ਹੋ ਸਕਦੇ ਨੀ ਕਿ ਉਹ ਦੇਸ਼ ਨੂੰ ਇੱਕ ਸਾਰਿਆਂ ਨੂੰ ਦੇਸ਼ ਵਿਰੋਧੀ ਆਪਾਂ ਕਹਿ ਸਕਦੇ ਉੱਥੋਂ ਦੇ ਲੋਕਾਂ ਨੂੰ ਐਸਾ ਮਤਲਬ ਜਿਹੜੇ ਉੱਥੋਂ ਆਏ ਸੀਗੇ ਉਹ ਦੇਸ਼ ਵਿਰੋਧੀ ਨਹੀਂ ਸੀਗੇ ਤੁਸੀਂ ਗੱਲ ਕਰੋ ਆਪਣੀ ਦੇਖੋ ਸਰ ਬਹੁਤੀਆਂ ਗੱਲਾਂ ਤਾਂ ਜੰਗਵੀਰ ਜੀ ਕਵਰ ਕਰ ਚੁੱਕੇ ਨੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ 1995 'ਚ ਮੇਰੇ ਫਾਦਰ ਨੂੰ ਸਨਮਾਨਿਤ ਕਰਨ ਲਈ ਉੱਥੇ ਅਮੈਰੀਕਾ ਸੱਦਿਆ ਕੈਨੇਡਾ ਸੱਦਿਆ ਉਹ ਉਹਨਾਂ ਦੇ ਨਾਲ ਇੱਕ ਸੈਕਟਰੀ ਅਲਾਊਡ ਸੀ ਮੈਂ ਵੀ ਸੈਕਟਰੀ ਬਣ ਕੇ ਗਿਆ ਮੇਰੇ ਫਾਦਰ ਨੂੰ ਅਤੇ ਮੈਨੂੰ ਬਿਜ਼ਨਸ ਵੀਜ਼ਾ ਦਿੱਤਾ ਗਿਆ ਰਾਈਟ ਜਦੋਂ ਤੁਸੀਂ ਟੂਰਿਸਟ ਵੀਜ਼ੇ 'ਤੇ ਜਾਂਦੇ ਹੋ ਤਾਂ ਤੁਸੀਂ ਸਾਹਿਤਕ ਕਾਨਫਰੰਸ ਦੇ ਵਿੱਚ ਵੀ ਅਟੈਂਡ ਨਹੀਂ ਕਰ ਸਕਦੇ ਹੋਲੀਡੇ ਰਾਈਟ ਤੁਸੀਂ ਉੱਥੇ ਹੋਲੀਡੇ ਮਨਾਉਣ ਜਾਂਦੇ ਹੋ ਅਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਪਤਾ ਨਹੀਂ ਕਿ ਵੀ ਮੈਂ ਟੂਰਿਸਟ ਵੀਜ਼ਾ ਲੈ ਕੇ ਜਾ ਰਿਹਾ ਅਤੇ ਮੈਂ ਉਹ ਐਕਟੀਵਿਟੀਜ਼ ਨਹੀਂ ਉੱਥੇ ਕਰ ਸਕਦਾ ਚੀਫ ਮਿਨਿਸਟਰ ਨੇ ਪਤਾ ਨਹੀਂ ਕਿੰਨੀ ਵਾਰੀ ਗਏ ਨੇ ਦੈਟ ਇਜ਼ ਪੁਆਇੰਟ 1 ਨਾਓ ਤੁਸੀਂ ਜਿਹੜੀ ਗੱਲ ਹੈ ਬਈ ਉਹਨਾਂ ਨੇ ISI ਵਾਲੀ ਕੀਤੀ ਬਹੁਤ ਮਾੜੀ ਗੱਲ ਹੈ ਉੱਥੇ ਦੇ ਸਿੱਖਾਂ ਦੇ ਮਨ ਬਲੂਦਰੇ ਗਏ ਉਹ ਉਹਨਾਂ ਦੇ ਨਾਲ ਤੁਹਾਡੇ ਨਾਲ ਨਹੀਂ ਚੱਲਦੇ ਤੁਹਾਨੂੰ ਆਉਣ ਨਹੀਂ ਦਿੰਦੇ ਵਗੈਰਾ ਇਹ ਗੱਲ ਵੱਖਰੀ ਹੈ ਬਟ ਤੁਸੀਂ ਉਹਨਾਂ ਨੂੰ ISI ਦੇ ਏਜੰਟ ਕਹੋ ਪਤਾ ਨੀ ਜੰਗਵੀਰ ਜੀ ਕਿਉਂ ਸ਼ਰਮਾਉਂਦੇ ਨੇ ਬਿਲਕੁਲ ਗਲਤ ਹੈ ਸਿੱਖਾਂ ਨੂੰ ਬਿਲਕੁਲ ਨਹੀਂ ਐਸਾ ਕਿਹਾ ਉਹਨਾਂ ਨੂੰ ਨੋ 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 ਕੁਛ ਐਸੇ ਐਂਟੀ ਨੈਸ਼ਨਲ ਤੁਸੀਂ ਗਰੰਟੀ ਲੈਣੇ ਹੋ ਮੈਂ ਵਿੱਚ ਨਹੀਂ ਬੋਲਿਆ ਹੁਣ ਮੈਨੂੰ ਬੋਲਣ ਦਿਓ ਇਹ ਉਹਨਾਂ ਨੂੰ ਵੀ ਕਹਿਣਾ ਜੀ ਜਿਨ੍ਹਾਂ ਨੇ ਉਹਨੂੰ ਰੋਕਿਆ ਸਿੱਖ ਫੋਰ ਜਸਟਿਸ ਵਾਲਿਆਂ ਨੂੰ ਵੀ ਉਹ ISI ਦੇ ਏਜੰਟ ਬੈਠੇ ਨੇ ਰਾਈਟ ਦਿਸ ਇਜ਼ ਵੈਰੀ ਬੈਡ ਉਹ ਤੁਹਾਡੇ ਨਾਲ ਸਹਿਮਤ ਹੋਣ ਨਾ ਹੋਣ ਲੇਕਿਨ ਜਿਹੜਾ ਇਹ ਨਾਂ ਨਹੀਂ ਲੈ ਰਹੇ ਉੱਥੇ ਅਰੂਸਾ ਮੈਡਮ ਜਿਹੜੀ ਹੈਗੀ ਹੈ ਬੇਗਮ ਉਹਦੀਆਂ ਫੋਟੋਆਂ ਜਿਹੜੀਆਂ ਆਈਆਂ ਨੇ ਪਤਾ ਨਹੀਂ ਇਹ ਕਿਉਂ ਸ਼ਰਮਾਉਂਦੇ ਨੇ ਅਰੂਸਾ ਮੈਡਮ ਜਿਹੜੀ ਹੈਗੀ ਹੈ ਪਾਕਿਸਤਾਨ ਦੀ ਅਤੇ ਉਹਨਾਂ ਦੇ ਜਿਹੜੇ ਬੰਦੇ ਹੈ ਉੱਥੇ ਬੈਠੇ ਉਹ ਵਾਈਨਿੰਗ ਡਾਈਨਿੰਗ ਕਰ ਰਹੇ ਨੇ ਇਹ ਔਰ ਤੁਸੀਂ ਇੱਕ ਇੱਕ ਪੁਆਇੰਟ ਇਹਨਾਂ ਨੇ ਹੋਰ ਕਿਹਾ ਕਿ ਸ਼ਿਕਾਗੋ ਤੋਂ ਬੈਠ ਕੇ ਸਕਾਈਪ ਦੇ ਉੱਤੇ ਕਰ ਰਹੇ ਨੇ ਔਰ ਦੱਸੋ ਇੱਥੇ ਸਕਾਈਪ ਨਹੀਂ ਚੱਲਦਾ ਮੈਂ ਰੋਜ਼ ਆਪਣੇ ਪੁੱਤੇ ਨੂੰ ਦੇਖਦਾ ਸਕਾਈਪ ਤੇ ਗੱਲਾਂ ਕਰਦੇ ਰੋਜ਼ ਹੋ ਰਹੀਆਂ ਸੀਗੀਆਂ ਉੱਥੇ ਕੋਈ ਪੋਲੀਟੀਕਲ ਐਕਟੀਵਿਟੀ ਥੋੜੀ ਹੋ ਰਹੀ ਸੀ ਸਕਾਈਪ ਤੇ ਜੇ ਜਾਣਾ ਹੈ ਲੋਕਾਂ ਨੂੰ ਸਿਟੀ ਕਮੋਈ ਤੁਹਾਡੀ ਆਪਣੀ ਹਾਲੇ ਮੇਰੀ ਗੱਲ ਨਹੀਂ ਤੁਸੀਂ ਮੈਨੂੰ ਸ਼ਿਕਾਗੋ ਦੀ ਲੋੜ ਹੈ ਤੁਸੀਂ ਗੱਲ ਕਰ ਲਓ ਪਰ ਰੈਲੀ ਨਹੀਂ ਕਰਨੀ ਆਪਾਂ ਨਹੀਂ ਰੈਲੀ ਨਹੀਂ ਮੈਂ ਇਹ ਕਹਿ ਰਿਹਾ ਕਿ ਜੇ ਸ਼ਿਕਾਗੋ ਤੋਂ ਬੈਠ ਕੇ ਸਕਾਈਪ ਯੂਜ਼ ਕਰ ਰਹੇ ਤਾਂ ਇੱਥੇ ਇੰਡੀਆ ਤੋਂ ਬੈਠ ਕੇ ਸਕਾਈਪ ਮਨੇ ਮੈਂ ਐਵੇਂ ਨਹੀਂ ਕਰਦਾ ਐਬਟਸਫੋਰਡ ਦੀ ਗੱਲ ਹੈ ਰਾਈਟ ਇਹ ਸਾਰੇ ਜਣੇ ਸੁਖਬੀਰ ਬਾਦਲ ਦਾ ਉੱਥੇ ਫਾਰਮ ਹਾਊਸ ਐਬਟਸਫੋਰਡ ਉੱਥੇ ਬੈਠੇ ਸੀ ਔਰ ਉੱਥੇ ਲੋਕ ਐਬਟਸਫੋਰਡ 'ਚ ਇਕੱਠੇ ਹੋਏ ਸੀ ਜਿੱਥੇ ਇਹਨਾਂ ਨੇ ਫੰਕਸ਼ਨ ਰੱਖਿਆ ਸੀ ਵੀ ਇੱਥੇ ਆਉਣ ਇਹਨਾਂ ਨੂੰ ਕੁੱਟਣਾ ਅਤੇ ਇਹਨਾਂ ਜੇ ਉੱਥੇ ਗਏ ਹੀ ਨਹੀਂ ਨਹੀਂ ਪਜਾਇਆ ਤੁਸੀਂ ਕਹਿ ਰਹੇ ਹੋ ਪਜਾਇਆ ਕਿ ਭੱਜ ਗਏ ਉੱਥੇ ਨਹੀਂ 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 ਗਲਤ ਗੱਲ ਹੈ ਯਾਰ ਦੱਸੋ ਕੋਈ ਪਜਾਇਆ ਹੋਵੇ ਕਿਤੇ ਕੋਈ ਇਨਸੀਡੈਂਟ ਹੋਇਆ ਸਾਰਾ ਕੈਨੇਡਾ ਸੁਣਦਾ ਪਿਆ ਬਿਲਕੁਲ ਮੈਂ ਵੀ ਸਾਰੇ ਕੈਨੇਡਾ ਨੂੰ ਆਪ ਇੱਕ ਵੀਡੀਓ ਦੇਖ ਕੇ ਦੱਸ ਦਿਓ ਅੰਦਰ ਫੰਕਸ਼ਨ ਹੋ ਰਿਹਾ ਸੀ ਬਾਹਰ ਨਾਰੇਬਾਜ਼ੀ ਹੋ ਰਹੀ ਸੀ ਐਗਜ਼ਾਮਪਲ ਦੱਸ ਦੋ ਤਿੰਨ ਲੋਕ ਬਿਲਕੁਲ ਬਾਹਰ ਨਿਕਲ ਹੀ ਰਹੇ ਸੀ ਉਹਨਾਂ ਨੂੰ ਪਿਛਲੇ ਦਰਵਾਜ਼ੇ ਤੋਂ ਕੱਢਿਆ ਤੋਤਾ ਸਿੰਘ ਪਾਰਟੀ ਸਾਰੇ ਨੇ ਪਿਛਲੇ ਦਰਵਾਜ਼ੇ ਤੋਂ ਕੱਢਿਆ ਪੁਲਿਸ ਨੇ ਉੱਥੋਂ ਠਹਿਰੋ ਗਲਤ ਗੱਲ ਇੱਕ ਮਿੰਟ ਐਬਟਸਫੋਰਡ ਦੇ ਲੋਕਾਂ ਨਾਲ ਆਪਣੀ ਗੱਲ ਕਰੋ ਐਬਟਸਫੋਰਡ ਦੇ ਲੋਕਾਂ ਨਾਲ ਮੈਂ ਗੱਲ ਕਰ ਰਿਹਾ ਜਦੋਂ ਇੱਕ ਮਿੰਟ ਠਹਿਰੋ ਐਬਟਸਫੋਰਡ ਦੇ ਵਿੱਚ ਫੰਕਸ਼ਨ ਰੱਖਿਆ ਹੋਇਆ ਸੀ ਅਕਾਲੀ ਐਬਟਸਫੋਰਡ ਫਾਰਮ ਹਾਊਸ 'ਤੇ ਬੈਠੇ ਸੀਗੇ ਉਹਨਾਂ ਨੇ ਉੱਥੇ ਆਉਣਾ ਸੀ ਲੇਕਿਨ ਉੱਥੇ ਇੰਨਾ ਰੌਲਾ ਸੀ ਕੁੱਟਣ ਵਾਸਤੇ ਲੋਕ ਤਿਆਰ ਸੀ ਇਹ ਕੋਈ ਉੱਥੇ ਗਏ ਨਹੀਂ ਦੇ ਡਿਡਨਟ ਗੋ ਉਹ ਪਜਾਇਆ ਨਹੀਂ ਉਹ ਕਹਿੰਦੇ ਹੋਰ ਕਿ ਮੈਂ ਜਿਹੜਾ ਵੀਰ ਇਹਨਾਂ ਦਾ ਕਹਿਣਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਹਿੰਦੇ ਕਿ ਕਾਲੀਆਂ ਨੂੰ ਜਿਸ ਤਰੀਕੇ ਨਾਲ ਉੱਥੋਂ ਪਜਾਇਆ ਗਿਆ ਬੋਲਣ ਨਹੀਂ ਦਿੱਤਾ ਗਿਆ ਬ੍ਰੀਜ ਦੇ ਵਿੱਚ ਦੋ ਲਾਈਨਾਂ ਹਾਂ ਬਿਲਕੁਲ ਐਕਸਪਲੇਨ ਕਰਨ ਦੀ ਲੋੜ ਹੈ ਕਿ ਇੱਕ ਅਕਾਲੀ ਲੀਡਰ ਨੇ ਗਿਆ ਸੀ ਕਾਫੀ ਜ਼ਿਆਦਾ 10 ਤੋਂ 12 ਸੀਨੀਅਰ ਅਕਾਲੀ ਲੀਡਰ ਗਏ ਸੀਗੇ ਔਰ ਬੜੀ ਸਕਸੈਸਫੁਲ ਉਹਨਾਂ ਨੇ ਆਪਣਾ ਕਾਨਫਰੰਸਿਸ ਅਤੇ ਪਬਲਿਕ ਗੈਦਰਿੰਗਸ ਕੀਤੀਆਂ ਜੇ ਇੱਕ ਦੋ ਗੈਦਰਿੰਗਸ 'ਚ ਕੋਈ ਪ੍ਰੋਬਲਮ ਹੋਈ ਹੈ ਔਰ ਉਹ ਪ੍ਰੋਬਲਮ ਵੀ ਜਿਹੜੀ ਹੋਈ ਹੈ ਉਹ ਦੋ ਚਾਰ ਲੋਕਾਂ ਨੇ ਕੋਈ ਪ੍ਰੋਟੈਸਟ ਕਰਨ ਦੀ ਜਾਂ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਹੈ
ਉਹਦੇ ਨਾਲ ਤੁਸੀਂ ਕਹਿ ਦਿਓ ਵੀ ਭਜਾਇਆ ਗਿਆ ਵਰਡ ਯੂਜ਼ ਕਰ ਲਓ ਜਾਂ ਕਹੋ ਕਿ ਆਪਣਾ ਸਭ ਨੂੰ ਫੇਲ ਹੋ ਗਿਆ ਪ੍ਰੋਗਰਾਮ, ਫੇਲ ਤਾਂ ਇਹ ਹੋਇਆ ਕਿਉਂਕਿ ਇਹ ਆਪਣਾ ਉਦੇਸ਼ ਹੀ ਨਹੀਂ ਸੀਗਾ ਕਿ ਆਪਾਂ ਕਿਸੇ ਪੰਜਾਬੀ ਨਾਲ ਇੰਟਰੈਕਟ ਕਰਨਾ ਹੈ, ਇਹ ਆਪਣਾ ਪਰਪਸ ਨਹੀਂ ਸੀ, ਆਪਣਾ ਪਰਪਸ ਹੀ ਹੋਲੀਡੇ ਕਰਨਾ, ਆਪਾਂ ਉੱਥੇ ਹੋਲੀਡੇ ਕੀਤਾ, ਜਿਹੜੇ ਕੋਆਰਡੀਨੇਟਰ ਵੀ ਗਏ ਨੇ ਉੱਥੇ ਉਹ ਵੀ ਹੋਲੀਡੇ ਕਰਦੇ ਰਹੇ। ਜੀ ਜੀ ਜੰਗਵੀਰ, ਜੰਗਵੀਰ ਬਿਲਕੁਲ, ਤੁਸੀਂ ਆਪਣਾ ਇੱਕ ਫੰਡ ਕਲੈਕਸ਼ਨ ਮਿਸ਼ਨ ਸੀਗਾ, ਇਹ ਫੰਡ ਕਲੈਕਸ਼ਨ ਮਿਸ਼ਨ ਸੀ, ਪਰ ਉਹਦੇ ਚ ਹੀ ਫੇਲ ਹੋ ਗਏ, ਅਨਫੋਰਚੂਨੇਟਲੀ। ਓਕੇ ਓਕੇ, ਇੱਥੋਂ ਕਹਿ ਕੇ ਗਏ ਕਿ ਕੋਈ ਅਸੀਂ ਫੰਡ ਨਹੀਂ ਉੱਥੇ ਇਕੱਠਾ ਕਰਨਾ, ਕੋਆਰਡੀਨੇਟਰ ਜੋ ਕਰ ਰਹੇ ਸੀ ਉਹ ਸਾਰਿਆਂ ਨੂੰ ਪਤਾ ਹੈ। ਜੰਗਵੀਰ ਲਾਸਟ ਕਮੈਂਟ ਜਿਹੜਾ ਹੈਗਾ, ਜਿੱਦਾਂ ਦਾ ਸਾਡੇ ਆਗੂ ਬਾਹਰ ਜਾ ਰਿਹਾ, ਕੈਨੇਡਾ, ਅਮੈਰੀਕਾ, ਦੂਜੇ ਕੰਟਰੀ, ਲੱਗਦਾ ਕਿ ਜਿਹੜੀਆਂ 2017 ਦੀਆਂ ਇਲੈਕਸ਼ਨ ਆ ਰਹੀਆਂ ਉਹਦੇ 'ਚ NRA ਦੀ ਵੀ ਇੰਪੋਰਟੈਂਟ ਭੂਮਿਕਾ ਹੋਏਗੀ। ਮੈਂ ਇੱਕ ਲਾਈਨ ਦਾ ਕਮੈਂਟ, ਮੈਂ ਇੱਕ ਲਾਈਨ ਦਾ ਇਹ ਕਹਾਂਗਾ ਕਿ ਇਹ ਜਿਹੜੀ ਗਰੀਡ ਹੈ ਪੈਸੇ ਇਕੱਠੇ ਕਰਨ ਦੇ, ਉਸ ਮੰਸ਼ਾ ਨਾਲ ਜਿਹੜੇ ਜਾਣਗੇ ਪਾਰਟੀਆਂ ਜਾਣਗੀਆਂ, ਲੋਕ ਜਾਣਗੇ ਉਹ ਫੇਲ ਹੋਣਗੇ। ਜਿਹੜਾ ਕੋਈ ਜਾਏਗਾ ਸੱਚੇ ਉੱਥੇ ਇੰਟਰੈਕਟ ਕਰਨ ਨੂੰ, ਪੰਜਾਬੀਆਂ ਦੀ ਜਿਹੜੀ ਭਾਵਨਾ ਸਮਝਣ ਨੂੰ ਜਾਏਗਾ, ਉਹ ਪਾਰਟੀ ਤੇ ਉਹ ਲੋਕ ਸਕਸੈਸਫੁਲ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਪੈਨ ਸਿਟੀ ਕੋਚ ਬਿਲਕੁਲ ਇੱਕ ਲਾਈਨ ਦਾ, ਇੱਕ ਲਾਈਨ ਦਾ ਇਹ ਹੈ ਜੀ ਕਿ ਸਾਡੇ ਲੀਡਰ ਉੱਥੇ ਜਾਂਦੇ ਨੇ, ਲੋਕੀ ਹੱਥੀ ਛਾਵਾਂ ਕਰਦੇ ਨੇ, ਪਿਆਰ ਕਰਦੇ ਨੇ। ਨਹੀਂ ਇੱਕ ਲਾਈਨ ਤਾਂ ਹੱਥੀ ਛਾਵਾਂ ਕਰਦੇ ਨੇ, ਕੋਈ ਓਬਜੈਕਟ ਨਹੀਂ ਕਰਦਾ, ਸਭ ਜੀਆਂ ਕਰਦੇ ਨੇ। ਜੀ ਜੀ, ਬਾਕੀ ਤੁਸੀਂ ਗੱਲ ਕਹਿਦੀ ਹੈ, ਥੈਂਕ ਯੂ ਵੈਰੀ ਮਚ। ਕੈਪਟਨ ਅਮਰਿੰਦਰ ਸਿੰਘ ਦੇਸ਼ ਦਾ ਨਹੀਂ ਵਿਦੇਸ਼ ਦਾ ਸੁਰਮੋਰ ਸਿੱਖ ਲੀਡਰ ਹੈ, ਇਹ ਹੁਣ ਬਿਲਕੁਲ ਤੈਅ ਹੋ ਚੁੱਕਿਆ। ਜਦੋਂ ਦਾ ਪੰਜਾਬ ਦੇ ਵਿੱਚ ਆ ਬਹਿਬਲ ਕਲਾਂ ਵਾਲੇ ਦੂਜੇ ਤੀਜੇ ਇੰਸੀਡੈਂਟ ਹੋਏ ਹੈ, ਜੋ ਦੁਨੀਆਂ ਦੇ ਜੋ ਸਿੱਖ ਹੈ, ਦੁਨੀਆਂ ਦੇ ਪੰਜਾਬੀ ਬੈਠੇ ਹੈ, ਉਹ ਹੋਰ ਕਿਸੇ ਨੂੰ ਨਹੀਂ ਪਿਆਰ ਕਰਦੇ, ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ। ਜੀ 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 ਜੀ, ਇਹ ਤੁਹਾਡਾ ਦਾਅਵਾ ਹੈਗਾ, ਅਸੀਂ ਆਪਣੇ ਮਹਿਮਾਨਾਂ ਦੇ ਨਾਲ ਪੰਜਾਬ ਦੇ ਜਿਹੜੇ ਮੁੱਖ ਸੰਸਦੀ ਸਕੱਤਰ ਬਣਾਏ ਗਏ ਹੈ ਔਰ ਕੈਪਟਨ ਅਮਰਿੰਦਰ ਸਿੰਘ ਦੀ ਵਿਦੇਸ਼ ਫੇਰੀ ਇਸ ਮੁੱਦਿਆਂ 'ਤੇ ਲੈ ਕੇ ਬਿਗ ਡਿਬੇਟ ਦੇ 'ਚ ਚਰਚਾ ਕੀਤੀ ਹੈ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਮੁੱਖ ਸੰਸਦੀ ਸਕੱਤਰ ਬਣਾਉਣ ਦਾ ਮੁੱਦਾ ਸ਼੍ਰੋਮਣੀ ਅਕਾਲੀ ਦਲ 'ਚ ਕੋਈ ਪਹਿਲੀ ਵਾਰ ਉੱਭਰ ਕੇ ਨਹੀਂ ਸਾਹਮਣੇ ਆਇਆ। ਜੇ ਮੈਂ ਕਹਾਂ ਕਿ ਇਸ ਹਮਾਮ 'ਚ ਤਕਰੀਬਨ ਸਾਰੀਆਂ ਹੀ ਸਿਆਸੀ ਧਿਰਾਂ ਨੰਗੀਆਂ ਨੇ, ਪਰ ਇੱਕ ਗੱਲ ਜ਼ਰੂਰ ਹੈ ਕਿ ਜਨਤਾ ਦੀ ਕਚਹਿਰੀ ਅੱਗੇ ਸਾਰੀਆਂ ਰਾਜਸੀ ਧਿਰਾਂ ਜਵਾਬਦੇਹ ਹੈ। ਜਿੱਥੋਂ ਤੱਕ ਵਿਦੇਸ਼ੀ ਫੇਰੀਆਂ ਦਾ ਸਵਾਲ ਹੈ, ਚਾਹੇ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਆਗੂ ਜਾ ਰਹੇ ਹੈ, ਇੱਕ ਗੱਲ ਬੜੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ 2017 ਦੀਆਂ ਜਿਹੜੀਆਂ ਇਲੈਕਸ਼ਨਜ਼ ਆ ਰਹੀਆਂ ਉਹਨਾਂ ਦੇ 'ਚ ਪ੍ਰਵਾਸੀ ਪੰਜਾਬੀਆਂ ਦੀ ਭੂਮਿਕਾ ਬੜੀ ਅਹਿਮ ਹੋਏਗੀ। ਨਹੀਂ ਤਾਂ ਕਿਸ ਨੇਤਾ ਦਾ ਦਿਲ ਕਰਦਾ ਹੈ ਕਿ ਆਪਣੀ ਧਰਤੀ 'ਤੇ ਆਪਣੇ ਲੋਕਾਂ ਤੋਂ ਸਟੇਜਾਂ 'ਤੇ ਹਾਰ ਪਾਉਣ ਦੀ ਥਾਂ ਕੈਨੇਡਾ 'ਚ ਜਾ ਕੇ ਤੱਤੀਆਂ ਖਰੀਆਂ ਸੁਣੀਆਂ ਜਾਣ। ਇਹਨਾਂ ਮੁੱਦਿਆਂ 'ਤੇ ਬਿਗ ਡਿਬੇਟ 'ਚ ਸ਼ਾਮਿਲ ਹੋਣ ਦੇ ਲਈ ਮੈਂ ਤਿੰਨਾਂ ਹੀ ਮਹਿਮਾਨਾਂ ਦਾ ਧੰਨਵਾਦੀ ਹਾਂ। ਅਤੇ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀ ਵੀ ਪ੍ਰੋਗਰਾਮ।